Mais quand tu sors là, tu m'as là. Tout est un microphone, n'y est pas. Mais quand tu sors, mais tu as payé des thés, non? Quoi, payé ni des thés, pinjar pia ou des? Pinjar pia? Non, non. ਤੂੰ ਤਾਂ ਮੈਂ 100 ਰੁਪਏ ਚਾ ਦਿੱਤਾ ਪਰ ਜਾਣੇ ਤੇਰੇ ਵਾਸਤੇ ਪੂਰਾ 300 ਰੁਪਿਆ ਕਹਿ ਦੇ ਤੂੰ ਫੀਸ 150 ਮਾੜਾ ਬਣਦਾ 150 ਥੋੜਾ ਬਣਦਾ ਤੂੰ ਮੁਕ 100 ਰੁਪਿਆ ਚਾ ਦਿੱਤਾ 50 ਰੁਪਏ ਹੋਰ ਦੇ ਮੈਨੂੰ ਨਹੀਂ ਪਤਾ ਅਲਾ ਚਲੀ ਨੂੰ ਕਰ ਇਹ 3 ਟਾਫੀਆਂ ਦੁਖਾ ਇਹ ਟਾਫੀਆਂ ਇਹ ਟਾਫੀਆਂ 10 ਰੁਪਏ ਦੀਆਂ ਵੀ ਨਹੀਂ ਪਰ ਟਾਫੀਆਂ ਤੇ ਹਨ ਨਾ ਮੈਨੂੰ ਨਹੀਂ ਪਤਾ ਅਲਾ ਚਲੀ ਨੂੰ ਕਰ ਉਧਾਰ ਕਰਕੇ ਫਿਰ ਅਗਲੀ ਵਾਰੀ ਦੇਸੀ ਫਿਰ ਅਗਲੀ ਵਾਰੀ ਕਦੇ ਮਤਲਬ ਚਾਚੇ ਫੀਸ ਦਿੱਤੀ ਤੇ ਅੱਛਾ ਚੱਲ ਠੀਕ ਹੈ ਅਗਲੀ ਵਾਰੀ ਲਾਜ਼ਮੀ ਦੇਣਾ ਤੇ ਮੈਂ ਸੱਚੀ ਦੀ ਖਫਾ ਹੋ ਜੁਲਸੀ ਹਾਂ ਕਿਤਾ ਮਜ਼ਾ ਆਇਆ ਨਾ ਸਾ ਮਲਕ ਚਾਚੇ ਦੇ ਕੀ ਨੰਬਰੇ ਉਤੋਂ ਨਾ ਇਜ਼ੀ ਪੈਸਾ ਆਪਣੇ ਪੈਸੇ ਤੇ ਕਰਾ ਛੋੜਿਆ ਮਲਕ ਚਾਚੇ ਪਤਾ ਹੀ ਨਹੀਂ ਉਹਨਾਂ ਦੱਸਣਾ ਵੀ ਨਹੀਂ ਠੀਕ ਹੈ ਹਾਂ ਅਸਾਂ 20 ਤੱਕ ਪੜਿਆ ਸਾ ਅੱਜ ਬਸ 4 ਅਰਫ ਰਹਿਣੇ ਉਹ ਵੀ ਸਿਖਾਲ ਕੇ ਪੈਸੇ ਕਹਿਣ ਕੇ ਬਸ ਹਾਂ ਨਾ ਪਤਾ ਹੈ ਅੱਜ ਵੀ ਅਸੀਂ ਇੰਜ ਤੇ ਕਰਸਾਂ ਕਿ ਉਹਨਾਂ ਕੋਲੋਂ ਫੀਸ ਮੰਗਸਾਂ ਕਿ ਅਸਾਂ ਦੀ ਫੀਸ ਦੋ ਤੇ ਜ਼ਾਹਿਰ ਜੀ ਗੱਲ ਹੈ ਵੈਸੇ ਬਬਲੀ ਦਿਮਾਗ ਮੈਂ ਜ਼ਿਆਦਾ ਖਪਾਨੀ ਆ ਐ ਤੇ ਮੇਰਾ ਵੀ ਮਗਜ਼ ਨਹੀਂ ਰਿਹਾ ਮਤਲਬ ਚਾਚੇ ਨਾਲ ਜਾਣ ਦਾ ਬੈਠਕ ਕਰਨੇ ਲੱਗੀ ਆ ਨਾ ਤੇ ਮੇਰਾ ਮਗਜ਼ ਸਾਰਾ ਖਾ ਕੇ ਦਬਲ ਕੇ ਤੇ ਹੁਣ ਪਤਾ ਕੀ ਕਰਨਾ ਇਹ ਜਿਹੜੇ 4 ਲਫ਼ਜ਼ ਰਹਿ ਗਏ ਨਾ ਇਹ ਉਹਨਾਂ ਅਸੀਂ ਸਿਖਾ ਛੋੜ ਸਾਂ ਫਿਰ ਉਸ ਤੋਂ ਬਾਅਦ ਜਿਹੜਾ ਨਾ ਫੀਸ ਮੰਗਣੀ ਹੈ ਠੀਕ ਹੈ ਫੀਸ ਮੰਗ ਤੂੰ ਜ਼ਿਆਦਾ ਜ਼ੋਰ ਦੇਈ ਹਲਾ ਠੀਕ ਹੈ ਲੇਕਿਨ ਮਲਕ ਚਾਚੇ ਕੇ ਨਾ ਪਤਾ ਚੱਲੇ ਕਿ ਇਜ਼ੀ ਪੈਸਾ ਵਿੱਚੋਂ ਅਸਾਂ ਉਹਨਾਂ ਕੋਲੋਂ ਫੀਸ ਕਹਿ ਦਈਏ ਪੈਸੇ ਕਢਾਲੇ ਆ ਤੂੰ ਵੀ ਨਾ ਦੇਸੀ ਇਹ ਨਾ ਹੋਵੇ ਨਾ ਸਾਹਮਣੇ ਮੇਰੇ ਕੋਲੋਂ ਤੂੰ ਆਪਣੇ ਬਕਾਇਆ ਪੈਸੇ ਮੰਗੇ ਹਾਂ ਅਗਲੀ ਵਾਰੀ ਦੇਸੀ ਨਾ ਹਾਂ ਕਦੇ ਫੀਸ ਮਿਲੀ ਤੇ ਚੱਲ ਮਲਕ ਚਾਚੇ ਬੁਲਾ ਫਿਰ ਬੁਲਾਨੀਆ ਮਲਕ ਚਾਚਾ ਗੱਲ ਜਿਹੜੀ ਮੇਰੀ ਗੱਲ ਛੱਡੋ ਮੇਰੇ ਘਰ ਡਾਕਾ ਪੈ ਗਿਆ ਤੇ ਅਖੇ ਪੈ ਕਰਦੇ ਹੋ ਮੇਰੇ ਸਮਝ ਨੀ ਆਂਦਾ ਮੋਤੂ ਜੋਗਾ ਇਹ ਕਿਹੜਾ ਖੁਦਾ ਐਸਾ ਮੈਂ ਆਹਨਾ ਪੁੱਛੇ ਕਰੋ ਤਾਂ ਪੱਕੇ ਇਸ ਤਰ੍ਹਾਂ ਮੇਰੇ ਮੋਬਾਈਲ ਵਿੱਚੋਂ ਕੱਢ ਕੇ ਤੇ ਆਪਣੇ ਆਪ ਉਹਨਾਂ ਨੇ ਕਰ ਥੋੜਾ ਚੰਜੇਬ ਦਾ ਕਰਟਾ ਅਸੀਂ ਨਾ ਕੋਈ ਬਹਾਨੇ ਸੁਣਦੇ ਆ ਸਾਜ ਫੀਸ ਚਾਹੀਦੀ ਕੱਢੇ ਨਾ ਪੈਸੇ ਦੇਸਾਂ ਨਾ ਦੇਸਾਂ ਨੇ ਨਾ ਪੈਸੇ ਮਜ਼ਮਾਨ ਉਹਨਾਂ ਦੀ ਰੋਟੀ ਦਾ ਬੰਦੋਬਸਤ ਕਰਨੇ ਆ ਗਏ ਮੀਆਂ ਵਾਲੀ ਤੋਂ ਮਜ਼ਮਾਨ ਹੈ ਮੀਆਂ ਵਾਲੀ ਤੋਂ ਆਪਣਾ ਮਲਕ ਸਿਕੰਦਰ ਆਯਾਦ ਸਾਹਿਬ ਤਸ਼ਰੀਫ ਘੇਰ ਕੇ ਪਏ ਆਂਦੇ ਨੇ ਬੜੇ ਆਖੇ ਬਾਦ ਹਾਂ ਤੇ ਰੋਟੀ ਛੋਟੀ ਬਹੁਤ ਤਕੜੀ ਕਰਕੇ ਖਾਦੇ ਨੇ ਮੈਨੂੰ ਪਤਾ ਹੈ ਕਿ ਉਹ ਸਾ ਮੈਂ ਆਖਿਆ ਮੈਂ ਕਿ ਕਟਵਾ ਪਕਾਓ ਜੇ ਉਹਨਾਂ ਨਾਲ ਉਹਨਾਂ ਦੇ ਬਾਕੀ ਮਿਊਜ਼ੀਸ਼ੀਅਨ ਵੀ ਹੋ ਸਨ ਹੇ ਅੱਜ ਕਟਵਾ ਪਕਾ
ਕਟਵਾ ਪਕਸ਼ੀ ਨਾ ਫਿਰ ਅਸੀਂ ਵੀ ਰੋਟੀ ਖਾ ਕੇ ਜਦੋਂ ਰੋਟੀ ਨਾ ਤਾਂ ਸਰਦਾਰ ਖਾ ਕੇ ਦੁੱਛ ਰੋਟੀ ਖਾ ਕੇ ਦੁੱਛ ਘਰ ਮੰਦਾ ਰੋਟੀ ਖਾਂਦਾ ਜਵਾਨ ਕੁੜੀਆਂ ਬਾਹਰ ਨਹੀਂ ਖਾਂਦੀਆਂ ਰੋਟੀ ਅੱਛਾ ਕਿਉਂ ਢਿੱਡ ਘਰ ਛੱਡ ਕੇ ਆਇਆ ਕਰੋ ਢਿੱਡ ਘਰ ਛੱਡ ਕੇ ਨਹੀਂ ਘਰ ਅਮੀ ਪਰੇਸ਼ਾਨ ਹੋ ਸੀ ਕਿ ਕਿਧਰ ਰੋਟੀ ਖਾਦੀ ਨੇ ਅਮੀ ਨਹੀਂ ਪਰੇਸ਼ਾਨ ਹੁੰਦੇ ਅਮੀ ਬਲਕਿ ਖੁਸ਼ ਹੁੰਦੇ ਨੇ ਅਮੀ ਖੁਸ਼ ਹੁੰਦੇ ਨੇ ਕੰਜੂਸਾਂ ਦੇ ਮੈਂ ਆਖਣਾ ਤੁਸਾਂ ਸਾਰਾ ਬਜਟ ਮੇਰੇ ਕੋਲੋਂ ਕੱਢੋ ਤੁਸਾਂ ਮਹੀਨੇ ਦਾ ਤੇ ਕੀ ਗੁੱਸਾ ਕਰਦੇ ਹੋ ਅਸਾਂ ਦੇ 300 ਰੁਪਏ ਨਹੀਂ ਕੱਢਿਆ 300 ਰੁਪਇਆ ਨਹੀਂ ਕੱਢਿਆ ਜਿਸ ਨੇ ਵੀ ਕੱਢਿਆ ਮੇਰੇ ਪਤਾ ਚੱਲ ਜੁਲ ਸੀ ਪੂਰੀ ਉਸ ਤੇ ਮੈਂ FIR ਕਰਾ ਸਾਂ ਜਿਸ ਵੀ ਮੇਰਾ 350 ਰੁਪਇਆ ਹੈ ਤੇ 150 ਰੁਪਇਆ ਉਸ ਤੇ ਭੇਜਣੇ ਦੀ ਕਟੌਤੀ ਹੋਈ ਹੈ ਅਸਾਂ ਨੇ 300 ਕਦੋਂ ਦੇਸੋ ਤੁਸਾਂ ਅੱਜ 300 ਰੁਪਇਆ ਪ੍ਰੋਗਰਾਮ ਦੇ ਵਿੱਚ ਹੀ ਚਾ ਦੇਸਾਂ ਬਸ 300 ਰੁਪਇਆ ਲਾਭ ਜੁਲਸੀ ਉਹੜਾ ਕਿਲਾ ਕਿਹੜਾ ਲਫ਼ਜ਼ ਅਸਾਂ ਨੇ ਸਿੱਖਣਾ ਉਸ ਤੜੀ ਅਸਾਂ V ਤੱਕ ਪੜਿਆ ਸਾਂ ਅੱਜ ਅਸੀਂ ਪਰਸਨ W ਤੋਂ ਕਿਹੜਾ ਸ਼ਹਿ W W ਨਾ 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 ਪੁੱਤਰ ਪਹਿਲੇ ਸਿੰਗਲ ਸਿੰਗਲ ਪੜਾਓ ਉਸ ਤੋਂ ਬਾਅਦ W ਕਰ ਸਕਦਾ ਅਸਾਂ ਪਤਾ ਤੋ ਸੰਗ W ਦੀ ਸਮਝ ਨਹੀਂ ਆਣੀ ਨਾ ਸਿੰਗਲ ਦੀ ਆਣੀ ਹੈ ਜੋ ਪੜਾਲ ਦਿਆਂ ਚੁੱਪ ਹੋ ਕੇ ਪੜੋ ਆ ਅੱਲਾ ਚਲੋ ਜੀ ਆ ਦੱਸੋ W ਫੋਰ ਕੇ ਬਣਦਾ W ਫੋਰ ਕੇ ਬਣਦਾ ਡਬਲ ਬੈਡ W ਅੱਛਾ W ਆਈ ਸ਼ਾਬਾਸ਼ ਦੱਸੋ ਜਲਦੀ ਜਲਦੀ ਦੱਸੋ ਸ਼ਾਬਾਸ਼ ਜਲਦੀ ਦੱਸੋ ਹਾਂ ਟਾਈਮ ਨਹੀਂ ਅਸਾਂ W ਤੋਂ ਬਣ ਗਏ ਜੀ ਉੜੂ ਗੁੜੂਸ ਕੀ ਚਾਹ ਉੜੂਸ ਗੁੜੂਸ ਇਹ ਗੁੜੂਸ ਗੁੜੂਸ ਤੇ ਇਹ ਜਿਸ ਨੇ ਬਾਰਿਸ਼ ਹੁੰਦੀ ਹੈ ਤੇ ਕਹ ਜੀ ਆਵਾਜ਼ ਆਉਂਦੀ ਹੈ ਉੜੂਸ ਗੁੜੂਸ ਉੜੂਸ ਇਹ ਅਲੀ ਇਹ ਬਣਦਾ ਤੇ W ਨਾਲ ਤੇ ਆਵਾਜ਼ ਨਹੀਂ ਨਿਕਲਦੀ ਕਿਉਂ ਨਹੀਂ ਬਣਦੀ ਗੁੜੂਸ ਗੁੜੂਸ ਮਤਲਬ ਕੰਬਲ ਮੌਸਮ ਠੀਕ ਹੈ ਮੌਸਮ ਨਾਇਤ ਪਾਪਾ ਮੌਸਮ ਐਕਸਰੇ ਐਕਸਰੇ ਸ਼ੁਕਰੇ ਇਸ ਤਾਂ ਮਤਲਬ ਲੱਗਦਾ ਹੈ ਨਾ ਕਿ ਐਕਸਰੇ ਕਰਾ ਲੈ ਦਿੰਦੀ ਹੈ ਇਹ ਨਾ ਪਤਾ ਨਾ ਨਾ ਐਕਸਰੇ ਮੇਰਾ ਹਰ ਵਾਰ ਹੀ ਹੁੰਦਾ ਹੈ ਕੋਟ ਖਾਨੇ ਆ ਉਸ ਤੋਂ ਬਾਅਦ ਐਕਸਰੇ ਹੀ ਹੁੰਦਾ ਹੈ ਆ ਨਾ ਅਗਲਾ ਲਫ਼ਜ਼ ਵਾਈ ਵਾਈ ਫੋਰ ਵਾਈ ਫਾਰ ਯਬੜੂ ਮਲਿਕ ਚਾਚਾ ਆ ਔਰ ਆਖਰੀ ਆਖਰੀ ਲਫ਼ਜ਼ ਇਨ ਤੰਗ ਨਾ ਕਰੋ ਆਖਰੀ ਲਫ਼ਜ਼ ਵਾਈ ਤੋਂ ਯਬੜੂ ਬਣਦਾ ਯਬੜੂ ਮਤਲਬ ਚੰਜੇਬ ਔਰ ਕੀ ਬਣਦਾ ਅੱਛਾ ਜੇ ਚਾਚਾ ਐਨੀ ਨਾ ਤਈ ਹੋ ਨਾ ਕਈ ਆ ਨਹੀਂ ਆ ਕਿ ਵਾਈ ਤੋਂ ਬਣ ਗਿਆ ਚੁਮਾ ਚੁਮਾ ਦੇ ਦੇ ਅੱਛਾ ਨਹੀਂ ਇਹ ਵੀ ਨਹੀਂ ਬਣਦਾ ਫਿਰ ਹੁਣ ਮੈਂ ਕੀ ਕਰਾਂ ਵਾਈ ਤੋਂ ਬਣਦਾ ਕਿਤੀ ਵਾਰ ਇਹ ਹੈ ਇੱਥੇ ਫਿਲਮ ਨੂੰ ਦੇਖਿਆ ਕਰੋ ਯੂ ਆਈ ਲਵ ਯੂ ਆ ਯੂ ਇਹ ਜੀਆਂ ਗੱਲਾਂ ਨਹੀਂ ਕਰਦੇ ਇਹ ਜੀਆਂ ਗੱਲਾਂ ਨਹੀਂ ਕਰਦੇ ਜੀ ਮੈਨੇ ਤਾਂ ਨਹੀਂ ਲਿਖੀ ਨਾ ਫਰੰਗੀਆਂ ਦੀ ਲਿਖੀ ਮੈਂ ਦਿਮਾਗ ਖਰਾਬ ਹੁੰਦੇ ਬਬਲੀ ਮੁਗ ਨਹੀਂ ਪਤਾ ਮੈਂ ਕੋ ਨਹੀਂ ਪਤਾ 300 ਰੁਪਿਆ ਅੱਛਾ ਹਾਂ ਵਾਈ ਫਾਰ ਵਾਈ ਫਾਰ ਬਣਦੇ ਕਲਰ ਦਾ ਨਾਮ ਵੀ ਬਣਦੇ ਯੈਲੋ 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 ਕਿਹੜਾ ਕਲਰ ਹੁੰਦਾ ਯੈਲੋ ਰਤਾ
ਅਗਲਾ ਲਫ਼ਜ਼ ਪਤਾ ਨੀ ਦੁਨੀਆਂ ਮੇ ਗੁਜ਼ਾਰਾ ਕਿਉਂ ਕਰਦੇ ਹੋ ਤੁਸੀਂ ਕਿਉਂ ਗੁਜ਼ਾਰਾ ਨਹੀਂ ਕਰਦੇ ਪੁਰਾਣੇ ਆਸਤੇ ਆਈ ਹੋ ਜਾਂ ਮੇਰਾ ਨਿਕਾਹ ਕਰਾਉਣੇ ਆਸਤੇ ਆਈ ਹੋ ਤੁਸੀਂ ਨਹੀਂ ਗੱਲ ਸੁਣੋ ਤੁਸੀਂ ਰੰਗਾਂ ਦਾ ਵੀ ਨਹੀਂ ਪਤਾ ਯੈਲੋ ਹੋ ਗਿਆ ਨਾ ਇਹ ਆਲਾ ਰਤਾ ਜਿਹਾ ਜੀ ਨਾ ਯੈਲੋ ਪੀਲੇ ਆਖਦੇ ਨੇ ਅੱਛਾ ਯੈਲੋ ਯਰਕਾਨ ਯਰਕਾਨ ਮਤਲਬ ਪੀਲਾ ਜਿਹੜਾ ਮਰਜ਼ੀ ਸਮਝੋ 300 ਰੁਪਇਆ ਕਿੰਨੇ ਜੀ ਅਗਲਾ ਲਫ਼ਜ਼ ਜ਼ੈਡ ਜ਼ੈਡ ਫਾਰ ਸੈਟ ਜ਼ੈਡ ਫਾਰ ਜ਼ਕੀਓ ਰਹਿਮਾਨ ਪਿਸ਼ਾਵਰ ਸੈਂਟਰ ਜ਼ੈਡ ਫਾਰ ਜ਼ਾਹਿਦ ਮਿਰਜ਼ਾ ਇਹ ਵੀ ਦੱਸੋ ਨਾ ਜ਼ਾਹਿਦ ਮਿਰਜ਼ਾ ਜ਼ਾਹਿਦ ਮਿਰਜ਼ਾ ਜ਼ੈਡ ਫਾਰ ਜ਼ਕੀਆ ਹਾਂ ਇਹ ਮੈਂ ਸੋਚਤੀ ਅਸੀਆਂ ਕਿ ਜ਼ਕੀਆ ਕਿਸ ਟਾਈਮ ਆਸੀ ਹਾਂ ਆਸੀ ਨਾ ਥੋੜੀ ਦੇਰ ਤੱਕ ਆਸੀ ਮਲਕ ਸਾਹਿਬ ਆਵਨ ਜ਼ਕੀਆ ਵੀ ਆ ਰਹੀ ਸੀ ਹਾਂ ਜ਼ੈਡ ਫਾਰ ਕੋਈ ਚੀਜ਼ਾਂ ਦਾ ਨਾਮ ਦੱਸੋ ਚੀਜ਼ਾਂ ਦਾ ਜ਼ੈਡ ਫਾਰ ਜ਼ੋਂਗ ਦੀ ਸਿਮ ਜਿਸ ਨਾਲ ਇੱਕ ਲਾਓ ਤੇ ਇੱਕ ਫ੍ਰੀ ਹੈ ਹਾਏ ਲੈ ਜੀ ਮੇਰੀ ਗੱਲ ਸੁਣੋ ਜ਼ੈਡ ਨਾਲ ਇੱਕ ਇਹ ਜੀ ਜਾ ਵੀ ਬਣਦੀ ਹੈ ਜਿੱਥੇ ਜਨੋਰ ਹੁੰਦੇ ਨੇ ਹਾਏ ਸ਼ਾਬਾਸ਼ ਸਰਕਸ ਜ਼ੈਡ ਫਾਰ ਜ਼ਰੂ ਜ਼ਰੂ ਮਤਲਬ ਜ਼ੂ 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 ਦਾ ਕੀ ਮਤਲਬ ਹੁੰਦਾ ਜ਼ੂ ਦਾ ਮਤਲਬ ਹੈ ਜੁਲਾ ਰਾਜ਼ੀ ਜੀ ਅੱਛਾ ਜ਼ੂ ਦੇ ਅੰਦਰ ਇੱਕ ਜਾਨਵਰ ਦਾ ਨਾਮ ਹੈ ਉਹ ਵੀ ਜ਼ੈਡ ਤੋਂ ਬਣਦਾ ਦੱਸੋ ਕੀ ਜ਼ੇਬਰਾ ਸਬਰ ਕਰੋ ਮਿਜ਼ਮਾਨਾ ਆਣੋ ਦਿਓ ਮੰਗਿਓ ਮੇਰੇ ਕੋਲੋਂ ਪੈਸੇ ਪਹਿਲੇ ਤਾਂ ਮੇਰੇ ਕੋਲੋਂ ਕਿਸੇ ਨੇ ਪੈਸੇ ਕੱਢ ਕੇ ਦੇਣ ਮੈਂ ਥੋੜੀ ਜਿਹੀ ਗੱਲ ਕਰਕੇ ਨਾ ਆਪਣੇ ਜਿਹੜੇ ਅਸਾਂ ਦੇ ਨਾਜ਼ਰੀਨ ਹੁਣ ਕਿ ਨਹੀਂ ਥੋੜੀ ਜੀ ਇਸ ਲਈ ਤੱਕ ਕਿ ਜ਼ਿਆਦਾ ਤੁਸੀਂ ਕੀਤੀ ਹੈ ਕਰ ਦੇ ਲੋ ਤੱਕ ਤੁਸਾਂ ਨਾਲ ਮੈਂ ਲਾ ਕੇ ਦਾਸਾਂ ਆ ਖਵਾਤੀਨ ਹਜ਼ਰਤ ਜਾਤ ਕੋ ਤੇ ਕੁੜੀਓ ਨਿੱਕਿਓ ਤੇ ਵੱਡਿਓ ਅਸਲਾਮ ਅਲੈਕੁਮ ਕੀ ਹਾਲ ਨੇ ਬੜਾ ਮਲਕ ਖੈਬਰ ਆਪਣਾ ਇਹ ਕੇਟੂ ਟੀਵੀ ਦੇ ਵਿੱਚ ਤੁਸਾਂ ਜੀ ਹਰ ਕਦੇ ਉਹ ਆਖਦਾ ਜਨਾਬ ਇਹ ਅੱਜ ਦੀ ਜਿਹੜੀ ਬੈਠਕ ਹੈ ਵੱਡੀ ਈਦੀ ਤੋਂ ਪਹਿਲੇ ਵਾਲੀ ਬੈਠਕ ਹੈ ਫਿਰ ਇਨਸ਼ਾ ਅੱਲਾਹ ਤਾਲਾ ਤੁਸਾਂ ਇਹ ਵੱਡੀ ਈਦੀ ਵਾਲੀ ਬੈਠਕ ਦੇਖ ਸਕੋ ਤਾਂ ਤੁਸਾਂ ਮਜ਼ਾ ਆਸੀ ਉਸੇ 'ਚ ਅਸਾਂ ਨੇ ਜਨਾਬ ਮਾਈਆਂ ਦਾ ਅਤੇ ਟੱਪਿਆਂ ਦਾ ਮੁਕਾਬਲਾ ਕਰਾ ਲਿਆ ਮਾਸ਼ਾ ਅੱਲਾਹ ਔਰ ਜਨਾਬ ਉਸ ਦੇ ਵਿੱਚ ਅਸਾਂ ਨੇ ਉਹ ਸ਼ਹਿਜ਼ਾਦੇ ਬੁਲਾਏ ਕਿ ਜਿਹੜੇ ਕੇਟੂ ਟੀਵੀ ਦੇ ਉੱਤੋਂ ਜਿਨ੍ਹਾਂ ਨੇ ਐਸ਼ਾ ਬਸ਼ੇ ਆਗਾਜ਼ ਵੀ ਕੀਤਾ ਅਤੇ ਆਪਣਾ ਮਕਾਮ ਬਣਾਇਆ ਉਹ ਇਨਸ਼ਾ ਅੱਲਾਹ ਈਦੀ ਵਾਲੇ ਦਿਹਾੜੇ ਤੁਸਾਂ ਨਾਲ ਈਦੀ ਦੇ ਤ੍ਰੀਏ ਦਿਹਾੜੇ ਮੁਲਾਕਾਤ ਤੁਸੀਂ ਬੈਠਕ ਜਿਹੜੀ ਖਸੂਸੀ ਸੀ ਉਸ ਦੇ ਵਿੱਚ ਅਤੇ ਪਾਪਾ ਵੀ ਉਹ ਸੁਣ ਅਤੇ ਆਪਾਂ ਵੀ ਉਸੀ ਅੱਲਾ ਦੇ ਹੁਕਮ ਨਾਲ ਦੂਈ ਗੱਲ ਇਹ ਵੇ ਖੈਬਰ ਟੀਵੀ ਜਿਹੜਾ ਤੁਸਾਂ ਦੇਖਦੇ ਹੋ ਸੋ ਪਸ਼ਤੋ ਜ਼ਬਾਨ ਦਾ ਖੈਬਰ ਟੀਵੀ ਮਾਸ਼ਾ ਅੱਲਾ ਉਸ 20 ਸਾਲ ਹੋ ਗਏ 20 ਸਾਲਾਂ ਦਾ ਜਵਾਨ ਗੱਭਰੂ ਹੋ ਗਿਆ ਅਤੇ ਉਸਦਾ ਜਿਹੜੀ ਲੈਂਡ ਰੱਖੀ ਅਸਾਂ ਨੇ ਉਹ ਰੱਖੀ ਹੈ ਜੀ ਸ਼ਲ ਕਾਲਾ ਬੇਮਿਸਾਲਾ ਸ਼ਾਬਾਸ਼ ਸ਼ਲ ਕਾਲਾ ਬੇਮਿਸਾਲਾ ਯਾਨੀ ਗਾ ਕੇ ਦੱਸੋ ਨਾ
ਸ਼ਲਕਾਲਾ ਬੇਮਿਸਾਲਾ ਸ਼ਲਕਾਲਾ ਬੇਮਿਸਾਲਾ ਬੇਮਿਸਾਲਾ ਸ਼ਲਕਾਲਾ ਬੇਮਿਸਾਲਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਲਕਾਲਾ ਬੇਮਿਸਾਲਾ ਯਾਨੀ 20 ਸਾਲ ਬੇਮਿਸਾਲ ਖੈਬਰ ਟੀਵੀ ਨੇ ਜਿਸ ਤਰੀਕੇ ਨਾਲ ਸਾਡੇ ਦਿਲ ਵਿੱਚ ਆਪਣੀ ਜਗ੍ਹਾ ਬਣਾਈ ਹੈ ਖਵਾਤੀਨ ਹਜ਼ਰਾਤ ਉਹ ਇਨਸ਼ਾ ਅੱਲਾਹ ਤਾਲਾ ਇਸੇ ਤਰੀਕੇ ਨਾਲ ਜਾਰੀ ਔਰ ਸਾਰੀ ਰਹਿਸੀ ਅਤੇ ਉਸ ਦੀ ਤਕਰੀਬਾਤ ਜਿਹੜੀਆਂ ਈਦ ਦੇ ਪਹਿਲੇ ਦਿਹਾੜੇ ਤੋਂ ਕਹਿਣ ਕੇ 8ਵੇਂ ਦਿਹਾੜੇ ਤੱਕ ਚੱਲਦੀਆਂ ਰਹਿ ਸਨ ਔਰ ਉਸ ਵਿੱਚ ਵੱਡੇ ਵੱਡੇ ਸ਼ੋਅ ਤੁਸੀਂ ਦੇਖ ਸੋ ਮੈਗਾ ਮੈਗਾ ਸ਼ੋਅ ਦੇਖ ਸੋ ਗਜ਼ਲ ਦੇ ਪ੍ਰੋਗਰਾਮ ਗੀਤਾਂ ਦੇ ਪ੍ਰੋਗਰਾਮ ਮਿਊਜ਼ਿਕ ਏ ਫਿਰ ਜਨਾਬ ਡਰਾਮੇ ਨੇ ਉਸ ਦੇ ਵਿੱਚ ਬੱਚਿਆਂ ਵਾਸਤੇ ਪ੍ਰੋਗਰਾਮ ਹਨ ਔਰ ਉਸ ਤੋਂ ਬਾਅਦ ਜਨਾਬ ਉਲਿਸ ਯਾਨੀ ਅਵਾਮੀ ਖੇਡਣ ਅਵਾਮੀ ਗੇਮਨ ਔਰ ਫਿਰ ਇੱਕ ਬਹੁਤ ਬੜਾ ਗਾਲਾ ਵੀ ਇਸ ਵਿੱਚ ਹੋਇਆ ਔਰ ਉਸ ਦੇ ਵਿੱਚ ਜਨਾਬ ਪੂਰੇ ਜਿਤਨੇ ਵੀ ਵੱਡੇ ਵੱਡੇ ਸਿੰਗਰ ਹਨ ਉਹ ਵੀ ਆਏ ਤੇ ਰਹੀਮ ਸ਼ਾਹ ਸਾਹਿਬ ਨੇ ਵੱਖਰਾ ਆਪਣਾ ਇੱਕ ਪ੍ਰੋਗਰਾਮ ਕੀਤਾ ਉਹ ਵੀ ਤੁਸੀਂ ਦੇਖ ਸੋ ਔਰ ਇਹ ਇਹ ਜਿਹੜਾ ਗਾਣਾ ਹੈ ਨਾ ਖੈਬਰ ਅਸਤੀ ਗਾਇਓ ਵੀ ਹੈ ਨਾ ਆਈ ਸ਼ਾਬਾਸ਼ੀ ਹੁਣ ਥੋੜਾ ਜਿਹਾ ਗਾ ਨਾ ਕੁਝ ਤੈਨੂੰ ਮੁੱਛ ਸੋਹਣਾ ਗਾਇਆ ਤੇ ਮੈਂ ਆਖਣਾ ਇਹ ਜ਼ਰਾ ਨਾਜ਼ਰੀਨ ਤੁਸੀਂ ਵੀ ਸੁਣ ਕੇ ਨੋ ਆ ਬਸ ਬ੍ਰੇਕ ਨੇ ਨਾ ਬਜੇ ਨਿਕਾ ਜਾ ਗਾ ਇਸਨੇ ਕਿਹੜਾ ਪੂਰਾ ਗਾਣਾ ਸ਼ਲਕਾਲਾ ਬੇਮਿਸਾਲਾ ਸ਼ਲਕਾਲਾ ਬੇਮਿਸਾਲਾ ਸ਼ਲਕਾਲਾ ਬੇਮਿਸਾਲਾ ਸ਼ਲਕਾਲਾ ਬੇਮਿਸਾਲਾ ਚਲੋ ਬ੍ਰੇਕ ਤੇ ਐ ਸ਼ਾਬਾਸ਼ੀ ਹਾਏ 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 ਪਤਾ ਲੱਗਿਆ ਨੇ ਬੰਦੇ ਦਾ ਪਤਾ ਪਿਆ ਨਹੀਂ ਚੱਲਦਾ ਬੰਦੇ ਦਾ ਪਿਆ ਨਹੀਂ ਪਤਾ ਚੱਲਦਾ ਪਤਾ ਲੱਗਣਾ ਨਹੀਂ ਪੈਸੇ ਕਿ ਦੇ ਕਿਸ ਨੇ ਨਹੀਂ ਸਮਝ ਪਈ ਆਂਦੀ ਕਿ ਕਿਸ ਬੰਦੇ ਨੇ ਪੈਸੇ ਚਾ ਕੇ ਦਿੰਦੇ ਸੀ ਨਾ ਕਿਸੇ ਕੁੜੀ ਦਾ ਪਿਆ ਆਂਦਾ ਹੈ ਅਲਾ ਹਾਂ ਮੇਰੀ ਗੱਲ ਸੁਣੋ ਗੁਲਬਦੀਨ ਕੇ ਪਤਾ ਨਹੀਂ ਕਿ ਨਾ ਅਸੀਂ ਨਾ ਜਾਣ ਦੇ ਗੁਲਬਦੀਨ ਮੇਰੀ ਗੱਲ ਸੁਣੋ ਮਜ਼ਮਾਨ ਆ ਰਹੇ ਮਜ਼ਮਾਨ ਆ ਰਹੇ ਨੇ ਜੀ ਖਵਾਤੀਨ ਹਜ਼ਰਾਤ ਅਸਨ ਅਲ ਅੱਜ ਜਿਹੜੇ ਮਜ਼ਮਾਨ ਆਏ ਨੇ ਅੱਜ ਤੋਂ ਕਈ ਸਾਲ ਪਹਿਲੇ ਵੀ ਤਸ਼ਰੀਫ ਲੈ ਕੇ ਆਏ ਔਰ ਜਨਾਬ ਅੱਜ ਨੁਮਾਇੰਦਗੀ ਉਹ ਸੀਨੇ ਮੀਆਂ ਵਾਲੀ ਦੀ ਔਰ ਮੀਆਂ ਵਾਲੀ ਦੇ ਲੋਕਾਂ ਦਾ ਤੁਸਾਂ ਪਤਾ ਹੈ ਕਿ ਉਹ ਆਪਣੇ ਤਹਿਜ਼ੀਬ ਔਰ ਤਮੱਦਨ ਆਪਣੇ ਕਲਤੂਰ ਦਸਤੂਰ ਰਸਮ ਅਤੇ ਰਿਵਾਜ ਦੇ ਹਵਾਲੇ ਨਾਲ ਬੜੇ ਮੋਹਤਰਮ ਕਿਸਮ ਦੇ ਲੋਕ ਅੱਲਾ ਉਹਨਾਂ ਸਾਰਿਆਂ ਮੀਆਂ ਵਾਲੀ ਵਾਲਿਆਂ ਸਾਰਿਆਂ ਬਮਾਏ ਸਾਰੇ ਪਾਕਿਸਤਾਨੀਆਂ ਦੇ ਆਪਣੀ ਅਮਾਨ ਵਿੱਚ ਰੱਖੇ ਸੋਹਣੇ ਅਤੇ ਸੁਥਰੇ ਲੋਕ ਹਨ ਅਤੇ ਅੱਜ ਜਨਾਬ ਅਸਾਂ ਦੇ ਨਾਲ ਮਲਕ ਸਿਕੰਦਰ ਯਾਦ ਸਾਹਿਬ ਤਸ਼ਰੀਫ ਲੈ ਕੇ ਆਏ ਨੇ ਅਸਾਂ ਦਿਲੋਂ ਉਹਨਾਂ ਹਰ ਕਦਿਆ ਉਹ ਆਖਣੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਬਿਸਮਿਲਾ ਬਿਸਮਿਲਾ ਬੈਠੋ 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 ਅੱਲਾ ਖੁਸ਼ ਰੱਖੇ ਨੇ ਜੀਂਦੇ ਰਹੋ ਬੜੇ ਅਰਸੇ ਬਾਅਦ ਮੁਲਾਕਾਤ ਹੋ ਰਹੀ ਮਲਕ ਸਾਹਿਬ ਤੁਸੀਂ ਯਾਦ ਕੀਤਾ ਇਸ ਯਾਦ ਹਾਏ 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 ਯਾਦ ਮੈਂ ਤਾਂ ਕੀਤਾ ਮਹਿਦੀ ਸਾਹਿਬ ਵੀ ਯਾਦ ਆ ਰਹੇ ਤੇ ਜਨਾਬ ਬਾਕੀ ਸਰਾਇਕੀ ਵੀ ਯਾਦ ਆ ਰਹੇ ਆ ਤੇ ਪਠਵਾਰੀ ਵੀ ਯਾਦ ਆਉਂਦਾ ਤੇ ਤੁਸੀਂ ਤੇ ਮਾਸ਼ਾਅੱਲਾ ਸਾਰਿਆਂ ਵਿੱਚ ਤੁਸਾਂ ਦਾ ਕਮਾਲ ਹੈ ਬਸ ਤੁਹਾਡੀਆਂ ਦੁਆਵਾਂ ਨੇ ਮਲਕ ਅੱਲਾ ਖੁਸ਼ ਰੱਖੇ ਤੇ ਜਨਾਬ ਆਪਣਾ ਸਿਕੰਦਰ ਆ ਮਲਕ ਸਿਕੰਦਰ ਯਾਦ ਸਾਹਿਬ ਦੇ ਨਾਲ ਵਲੀ ਖਾਨ ਜਿਹੜੇ ਨੇ ਕੀ ਬੋਰਡ ਤੇ ਨੇ ਜੀ ਕਿ ਹਾਲੇ ਵਲੀ ਠੀਕ ਹੈ ਜਿੰਦਾ ਰਹਿ ਵਾ ਜਿੰਦਾ ਰਹਿ ਮਾਸ਼ਾ ਅੱਲਾ ਉਹ ਉਹਨਾਂ ਨੇ ਸਹੀ ਆਖਿਆ ਸ਼ਹਾਦਤ ਹੁਸੈਨ ਮੰਟੋ ਦਾ ਨਿੱਕਾ ਪੁੱਤਰ ਲੱਗਦੇ ਹੋ ਤੁਸੀਂ ਮਾਸ਼ਾ ਅੱਲਾ ਚੰਗੀ ਗੱਲ ਹੈ ਬਹੁਤ ਬੜਾ ਨਾਂ ਹੈ ਸ਼ਹਾਦਤ ਹੁਸੈਨ ਮੰਟੋ ਅਤੇ ਜਨਾਬ ਉਸਮਾਨ ਖੋਖਰ ਸਾਹਿਬ ਤਬਲੇ ਤੇ ਨੇ ਕੀ ਹਾਲ ਨੇ ਠੀਕ ਹੋ ਖੈਰੀਅਤ ਤੇ ਮਾਸ਼ਾ ਅੱਲਾ ਮਾਸ਼ਾ ਅੱਲਾ ਅਤੇ ਮਲਕ ਸਾਹਿਬ ਕੀ ਹਾਲਾਤ ਹਨ ਸ਼ੁਕਰ ਹੈ ਅੱਲਾ ਪਾਕ ਦਾ ਖੈਰ ਖੈਰੀਅਤ ਤੇ ਪੱਕੇ ਪੱਕੇ ਪਿੰਡੀ ਬਹਿ ਰਹੇ ਹੋ ਜੀ ਹਾਂ ਜੀ ਫਿਰ ਗਏ ਹੀ ਨਹੀਂ 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 ਕੋਈ ਨਹੀਂ ਗਿਆ ਜੀ ਮੀਆਂ ਵਾਲੀ ਦਰ ਚੱਕਰ ਵੀ ਨਹੀਂ ਲੱਗਦਾ ਵੈਸੇ ਚੱਕਰ ਚੱਕਰ ਲੱਗਦਾ ਰਹਿੰਦਾ ਸਮਾਂ ਇਹ ਵੀ ਬੈਲਦੇ ਹਨ ਹੈ ਇਹ ਵੀ ਬੈਲਦੇ ਹਨ ਕਿਧਰ ਬੈਂਦੇ ਤੁਸੀਂ ਜੀ ਅਗਰ ਜੀ ਪਿੰਡੀ ਬੈਂਦੇ ਹੋ ਆਵਾ ਬੈਂਦੇ ਹੋ ਸੀ ਰਹਿੰਦੇ ਨ ਮੱਖੇ ਹੋ ਅੱਲਾ ਮੈਂ ਸੁਣਦੇ ਤੀਂ ਜੀ ਤੁਸੀਂ ਕਮੇਟੀ ਚੌਕ ਵਿੱਚ ਜਲ ਕੇ ਬੈਂਦੇ ਹੋ ਚੁੱਪ ਚੁੱਪ ਚੁੱਪ
ਮਲਿਕ ਸਾਹਿਬ ਅਸਾਂ ਕੋਈ ਝੱਲੇ ਨਹੀਂ ਆ, ਚੰਗੇ ਭਲੇ ਖਾਨਦਾਨੀ ਲੋਕ, ਪਰੇਸ਼ਾਨ ਨਹੀਂ ਹੋਣਾ ਤੁਸੀਂ, ਅੱਲਾ ਖੁਸ਼ ਰੱਖੇ। ਪਾਪਾ ਵੀ ਪਿਆ ਸਲਾਮ ਦਿੰਦਾ, ਵਾਲੇਕੁਮ ਸਲਾਮ, ਮੇਰੇ ਵੱਲੋਂ ਵੀ ਸਲਾਮ ਦੁਆ ਦੇਣਾ, ਤੇ ਆਪਾਂ ਵੀ ਸਲਾਮ, ਆਪਾਂ ਵੀ ਸਲਾਮ ਦੁਆ ਦੇਣਾ। ਜੀ ਜੀ ਜੀ, ਤੇ ਮਲਿਕ ਸਾਹਿਬ ਸਾਰਿਆਂ ਤੋਂ ਪਹਿਲੇ ਕੀ ਸੁਣਾ ਸੋ ਤੁਸੀਂ? ਮੈਂ ਇੱਕ ਕਲਾਮ ਹੈ, ਭਾਗਾਂ ਵਾਲਿਓ ਨਾਮ ਜਪੋ ਮੌਲਾ ਨਾਮ। ਅੱਛਾ, ਉਹ ਸੁਣਾ ਸੀ। ਚਲੋ ਜੀ, ਬਿਲਕੁਲ ਠੀਕ ਹੈ, ਆ ਜਾਓ ਆ ਜਾਓ। ਕੀ ਬਾਤ ਹੈ ਕੁੜੀਓ, ਸਿਰੇ ਤੇ ਦੁਪੱਟੇ ਕਰਕੇ ਨੋ। ਆਹਾ,
ਜੀ ਜ਼ਬਰਦਸਤ ਅੱਜ ਖਵਾਤੀਨ ਹਜ਼ਰਾਤ ਤੁਸਾਂ ਦੀਆਂ ਕਾਲਾਂ ਵੀ ਕਿੰਛਾਂ ਇਹ ਨੰਬਰ ਜਿਹੜਾ ਤੁਸਾਂ ਨਜ਼ਰ ਆ ਰਿਹਾ ਨੰਨਾ ਹੀ ਟੀ ਵੀ ਦੇ ਤਲੇ ਆਪਣਾ ਕੁੜੀਏ ਬਬਲੀ ਜੀ ਅਸਲ ਦਾ ਇਹ ਟੈਕਸ ਨੰਬਰ ਕਿਵੇਂ ਅਸਲ ਦਾ 0514102358 ਵਾਲਾ ਮਾਂ ਕੀ ਮਤ ਹੈ ਕਿਤਨਾ ਗਾਇਆ ਤੁਸੀਂ ਕੋਸ਼ਿਸ਼ ਕਰਨੇ ਉਹਦਾ ਗਾਣਾ ਤੇ ਮੁਸ਼ਕਿਲ ਹੈ ਅੱਛਾ ਲੇਕਿਨ ਕੋਸ਼ਿਸ਼ ਹੈ ਅੱਛਾ ਸੁਣਾ ਦੇਣੇ ਆ ਹਾਏ 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 ਕੀ ਗੱਲ ਹੈ ਕੁੜੀਓ ਕੁਝ ਵੀ ਨਾ ਅੰਨਾ ਨਾ ਮੱਕੇ ਸੁਣ ਸੁ ਨਹੀਂ ਕਿਉਂ ਨਾ ਸੁਣ ਸੁ ਸ਼ਾਬਾਸ਼ੇ
ਜ਼ਬਰਦਸਤ ਜੀ, ਕਿਆ ਖੂਬਸੂਰਤ ਲੋਕ ਹੈ ਜੀ ਮਲਿਕ ਸਾਹਿਬ, ਜਿਸ ਟਾਈਮ ਫਿਲਮੀ ਗਾਣੇ ਗਾਇਨ ਦਾ ਕਿਆ ਬਾਤ ਹੈ, ਫਿਰ ਤੇ ਉਹਨਾਂ ਨੇ ਬਸ ਪਿੱਛਾ ਮੁੜ ਕੇ ਨਹੀਂ ਦਿੱਤੀ। ਮੇਰੀ ਗੱਲ ਸੁਣੋ, ਇੱਕ ਵਾਰੀ ਹੋਰ ਵੀ ਤਾੜੀ ਬਣਦੀ ਹੈ, ਪੁੱਛੋ ਕਿਸ ਵਾਸਤੇ? ਕਿਸ ਵਾਸਤੇ? ਉਹ ਜਿਹੜਾ ਤਬਲਬ ਜਾਣੇ ਨਾ। ਆਪਣਾ ਮਲਿਕ ਸਾਹਿਬ ਅਸਾਂ ਦੀ ਨਿੱਕੀ ਸ਼ਮਲੈਲਾ ਜਿਹੜੀ ਹੈ ਨਾ ਜੀ, ਸ਼ਮਲੈਲਾ ਬਹੁਤ ਅੱਛਾ ਗਾਉਂਦੀ ਹੈ ਮਾਸ਼ਾਅੱਲਾ। ਅੱਜ ਮੈਂ ਆਖਾਂ ਕਿ ਤੁਸੀਂ ਵੀ ਜ਼ਰਾ ਸੁਣੋ ਨਾ ਪੁੱਤਰ, ਕੀ ਪੜਸੋ ਆਜੋ? ਅੱਜ ਮੀਆਂ ਮੁਹੰਮਦ ਬਖਸ਼ ਦਾ ਕਲਾਮ ਸੁਣਾ। ਅੱਛਾ, ਉਹ ਫਿਰ ਉਹਨਾਂ ਅੱਛਾ ਨਹੀਂ, ਬ੍ਰੇਕਾਂ ਦਾ ਵੇਲਾ ਆ ਗਿਆ ਕਿ ਇੱਕ ਮਿੰਟ ਬਾਅਦ ਬ੍ਰੇਕ ਹੈ, ਅਸਲ ਦੀ ਵਾਰੀ ਆਉਂਦੀ ਹੈ ਤੇ ਬ੍ਰੇਕ ਆ ਜਾਂਦੀ ਹੈ। ਇਹ ਚੰਗੀ ਗੱਲ ਹੈ, ਹਾਂ ਨਾ, ਇਹ ਤੁਸੀਂ ਥੋੜਾ ਜਿਹਾ ਤਿਆਰੀ ਦਾ ਮੌਕਾ ਮਿਲ ਜੁਲਦਾ, ਨਹੀਂ ਤੇ ਐਵੇਂ ਹੀ ਤੁਸੀਂ ਜਿਹੜਾ ਤਿਆਰੀ ਤਿਆਰੀ ਕਰਕੇ ਇਨਸਾਨ 300 ਰੁਪਇਆ ਵੀ ਕਹਿੰਦੇ ਆ। ਵਾ 300 ਰੁਪਏ ਪੂਰੇ 300 ਰੁਪਿਆ ਨਹੀਂ ਨਹੀਂ ਮਿਲ ਜਾ ਸੁਣ, 300 ਰੋਜ਼ ਦਾ 10 ਰੁਪਏ ਜੀ। ਅੱਛਾ, ਤੇ ਦੋ ਦੋ ਲਫ਼ਜ਼ ਸਿਖਾਉਂਦੀਆਂ ਨਾ ਕਿ ਬਾਈ, ਤਾਂ ਮੈਂ ਕਿ ਜਬੜੂ ਬਣਦਾ ਕਿ ਨਹੀਂ ਜੀ ਜੀ, ਤੇ ਹੈ ਨਾ ਜੀ ਕਾਫੀ ਸਾਰੇ ਖਵਾਤੀ ਨੂੰ ਰਾਤ ਨਿੱਕੀ ਜੀ ਬ੍ਰੇਕ ਕੇ, ਬ੍ਰੇਕਾਂ ਤੋਂ ਬਾਅਦ ਆਸਾਂ ਫਿਰ ਜਨਾਬ ਤੁਸਾਂ ਸਰਾਇਕੀ 'ਚ ਕੋਈ ਚੀਜ਼ ਸੁਣਾ ਸਾਂ ਜੀ। ਆਹਾ ਹਾ, ਇੱਕ ਵਾਰੀ ਫਿਰ ਸਾਰਿਆਂ ਜੀ ਹਰਕਤ ਦੇ ਉਹ ਆਖਨੇ ਆ ਪ੍ਰੋਗਰਾਮ ਪੈ, ਤੁਸਾਂ ਦੇਖਦੇ ਹੋ ਜੀ ਬੈਠਕ 'ਚ, ਬੈਠਕ ਦੇ ਵਿੱਚ ਜਨਾਬ ਅੱਜ ਮੀਆਂ ਵਾਲੀ ਤੋਂ ਤਸ਼ਰੀਫ ਲੈ ਕੇ ਆਏ ਨੇ ਇਹ ਮਲਿਕ ਸਾਹਿਬ, ਮਲਿਕ ਸਿਕੰਦਰ ਯਾਦ ਸਾਹਿਬ, ਬੜੇ ਬੜੇ ਪੁਰਾਣੇ ਸੰਗੀ ਨਾ ਸੁਣ ਕਿਉਂ ਬੰਟੇ ਛੰਡੇ ਇਕੱਠੇ ਖੇਡਣੇ। ਅੱਲਾ, ਹਾਂਜੀ, ਮਲਿਕ ਸਾਹਿਬ ਫਿਰ ਚਲੇ ਗਏ ਗਾਇਕੀ ਵਾਲੇ ਪਾਸੇ ਦਰ, ਚੰਗਾ ਹੋਇਆ ਚਲੇ ਗਏ। ਆਈ ਸ਼ਾਬਾਸ਼, ਅਗਰ ਮੇਰੇ ਨਾਲ ਰਹਿੰਦੇ ਤੇ ਅੱਜ ਆਰੋ ਪਤੀ ਖਰੋ ਪਤੀ ਹੋ ਗਏ, ਸ਼ੁਕਰ ਹੈ ਤੁਸਾਂ ਨਾਲ ਨਹੀਂ ਰਹਤੇ। ਚੁੱਪ, ਸਹੀ ਹੋਇਆ ਮੇਰੇ ਨਾਲ ਰਹਿਵੋ ਨਾ ਤੇ ਅੱਜ ਦੋ ਚਾਰ ਪਲਾਜ਼ਮਿਆਂ ਦੇ ਮਾਲਕ ਹੋ ਜਲਣ। ਕਿਸ ਤੇ ਪਲਾਜ਼ਮੇ? ਜਿਹੜੇ ਜੋ ਬੜੇ ਬੜੇ ਨਹੀਂ ਪਲਾਜ਼ੇ ਹੋਣੇ, ਪਲਾਜ਼ੇ ਪਲਾਜ਼ੇ ਹੋ ਤੁਸਾਂ ਦੇ ਪਲਾਜ਼ਮੇ ਹੀ ਹੈ। ਆ ਅਸਾਂ ਦੇ ਪਲਾਜ਼ਮੇ ਹੀ ਤੇ ਚਾਰ ਪਲਾਜ਼ਮੇ ਹੋਈ ਨਾ ਤੇ ਆਪਣਾ ਸ਼ਮਲੈਲਾ। ਇਹ ਪੁੱਤਰ ਤੂੰ ਵੀ ਆਖਣੀ ਸੀ, ਤੂੰ ਕੁਛ ਹੈ ਪੜਸੀ ਨਾ? ਮੈਂ ਆਇਆ ਸਾਂ, ਮੈਂ ਕਲਾਮ ਸੁਣਾ ਸਾਂ ਬ੍ਰੇਕਾਂ ਤੋਂ ਬਾਅਦ। ਐ ਸ਼ਾਬਾਸ਼, ਚਲੋ ਸੁਣਾਓ ਤਾਂ ਕਿ ਅੱਜ ਮਲਿਕ ਸਾਹਿਬ ਵੀ ਸੁਣਨ ਕਿ ਦੇਖੋ ਜੀ ਟੈਲੈਂਟ ਮਾਸ਼ਾਅੱਲਾ ਮਾਸ਼ਾਅੱਲਾ ਜੀ, ਅੱਲਾ ਜ਼ਿੰਦਗੀ ਦੇਵੇ। ਸਦਾ ਨਾ ਬਾ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾ, ਸਦਾ ਨਾ ਮਾਪੇ ਹੁਸਨ ਜਵਾਨੀ, ਤੇ ਸਦਾ ਨਾ ਪਾਸੇ ਚਲੀ ਜਾ।
ਦਾਨਾ ਫੁੱਲ ਚਮੜਨਾ ਤੇ ਮਗਰ ਸ਼ਿਕਾਰੀ ਕਰੇ ਤਿਆਰੀ ਤੇ ਵਾਰ ਚਰੇ ਤਾਰਫ ਕਰਾ ਛੜਾ ਤੇ ਸ਼ਮਲੈਲਾ ਇਸਦੀ ਸਹੇਲੀ ਨੇ ਤੇ ਖਵਾਤੀਨ ਹਜ਼ਰਾਤ ਟੈਲੀਫੋਨ ਚਾਸਾਂ ਕਾਲਜ ਕਿਰਸ਼ਾਂ ਜੇ ਮੇਰੇ ਨਾਲ ਨਾਲ ਦੱਸੋ ਕਿਉਂਕਿ ਅੱਗੇ ਹੁਣ ਅਗਲਾ ਜਿਹੜਾ ਅਸਾਂ ਨੇ ਹਾਂਜੀ ਟੈਲੀਫੋਨ ਅੱਛਾ 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 ਬਾਹਰ ਬਾਹਰ ਆਇਆ ਨਾ ਨਾ ਟੈਲੀਫੋਨ ਤੇ ਕੋਈ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਮਲਕ ਸਾਹਿਬ ਠੀਕ ਹੋ ਅੱਲਾ ਦਾ ਲੱਖ ਲੱਖ ਸ਼ੁਕਰ ਮੈਂ ਕਿ ਕੌਣ ਪਿਆ ਗੱਲ ਕਰਦਾ ਹੈ ਮੈਂ ਅਮਾਦ ਖਾਨ ਬੋਲਣਾ ਗੱਲਬਾਤ ਟਾਊਨਸ਼ਿਪ ਤੋਂ ਆਇਸ਼ਾ ਵਾਸ਼ੇ ਚੰਦਰੇਵ ਚਾਚਾ ਮੈਂ ਭੇਜਿਆ ਮੈਂ ਕਿ ਜੁਲ ਕੋਈ ਸ਼ਾਹਪੁਰ ਸ਼ੂਪਰ ਜਮਾ ਕਰੋ ਅੱਗੇ ਜਿਹੜਾ ਕੁਰਬਾਨੀ ਪਈ ਆਂਦੀ ਤੇ ਲੋਕਾਂ ਦੇ ਘਰੋਂ ਮੰਗਸਾ ਨਾ ਚਲੋ ਮਾਈਆਂ ਦੀ ਵੀ ਫਰਮਾਇਸ਼ ਹੋ ਜੁਲ ਸੀ ਬਾਕੀ ਘਰ ਸਾਰੇ ਨੇ ਕਿ ਬੜੇ ਠੀਕ ਹੋਣ ਅਨਮੋਲ ਓਈ ਨਾ ਚੰਨ ਹਮੇਸ਼ਾ ਅਨਮੋਲ ਹੁੰਦਾ ਇਸ ਵਜ੍ਹਾ ਤੋਂ ਮੈਂ ਉਸ ਆਖਿਆ ਮੂਨ ਸ਼ੁਕਰ ਹੈ ਨਾ ਕਦੇ ਕਿਸੇ ਦੀ ਤਾਰੀਫ ਹੀ ਕੀਤੀ ਹੈ ਤੁਸੀਂ ਖੁਸ਼ਕਿਸਮਤ ਹੋ ਮੂਨ ਦਾ ਨਿੱਕਾ ਭਰਾ ਉਧੜ ਬੈਠੇ ਦਾ ਅਸਾ ਸਾਰੰਗੀ ਉਤੇ ਫਿਰ ਉਹ ਸ਼ੈਤਾਨ ਸੀ ਜੋ ਤੇ ਬੈਠੇ ਦੇ ਹੋਏ ਤੇ ਕੀ ਹੋਇਆ ਮੈਂ ਕਿ ਕਿਆ ਜ ਸੋਹਣਾ ਪਿਆ ਲੱਗਦਾ ਅਸਾ ਹਾਂ ਤੇ ਮੂਨ ਦਾ ਭਰਾ ਸੋਹਣਾ ਹੀ ਸੀ ਨਾ ਅੱਛਾ ਬਸ਼ੇ ਉਹ ਆਇਆ ਤੇ ਤੇਰੀ ਕਾਪੀ ਆਸਾ ਦੱਸੋ ਜੀ ਮੂਨ ਥੋੜਾ ਜਿਹਾ ਦੱਸੋ ਨਾ
ਮੂੰਹ ਤੇ ਕੈਮਰਾ ਜ਼ਰਾ ਮਾਰੋ ਜ਼ਰਾ ਪਤਾ ਚਲੇ ਮੂੰਹ ਜ਼ਰਾ ਥੋੜ੍ਹੀ ਜਿਹੀ ਛਕੁਟ ਦੱਸਿਆ ਕਰ ਆਪਣੀ ਇਹ ਖਲਤੇ ਹਨ ਜੀ ਇਹ ਅਸਲ ਤਾਂ ਬਹੁਤ ਮਸਕੀਨ ਮੂੰਹ ਨੇ ਮਾਸ਼ਾਅੱਲਾ ਇਹ ਤੇ ਰੋਸ਼ਨੀ ਵੀ ਦਿੰਦਾ ਤੇ ਡਰ ਡਰ ਕੇ ਆ ਨਾ ਐ ਸ਼ਾਬਾਸ਼ ਕਈ ਵਾਰੀ ਮਾਸ਼ਾਅੱਲਾ ਜਿਹੜਾ ਤੇ ਵਾਇਰਸ ਫਿੱਟ ਕਰਦੇ ਹੋ ਸਭ ਖੁਦ ਵਾਇਰਸ ਹੋ ਜਾਂਦਾ ਅੱਲਾ ਖੁਸ਼ ਰੱਖ ਜਿੰਦਾ ਰਹੇ ਮਲਕ ਸਾਹਿਬ ਹੁਣ ਅੱਗੇ ਕਿਹੜਾ ਆਈਟਮ ਹੈ ਜੀ ਚਿੱਟਾ ਚੋਲਾ ਸੁਣਾ ਆਏ ਹਾਏ 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 ਉਹ ਜੁਲੇ ਜੀ ਚਿੱਟਾ ਚੋਲਾ ਹੋ ਜਲੇ ਮਾਸ਼ਾਅੱਲਾ ਦੋਵਾਂ ਚਿੱਟਾ ਚੋਲਾ ਪਾਏ ਹੈ ਅੱਲਾ ਖੈਰ ਕਰੇ ਨਜ਼ਰ ਹੀ ਨਾ ਲੱਗ ਪੂਰੀ ਨਾ ਜੀ ਨਜ਼ਰ ਲੱਗਦੀ ਹੈ ਅਸਲ ਹੀ ਨਹੀਂ ਲੱਗਦੀ ਆਹ ਮੇਲੇ ਅੱਖਾਂ ਕੱਟ ਕੱਟ ਕੇ ਆਣੇ ਕੱਟ ਕੱਟ ਕੇ ਦੇਖਿਆ ਰਹੇ ਅਸਲ ਹੀ ਨਜ਼ਰ ਸੋਹਣੇ ਤੇ ਕਾਬਲ ਬੰਦੇ ਲੱਗ ਕੇ ਤੁਸਾਂ ਤੇ ਕੀ ਕਰੋ ਜੀ ਚਿੱਟਾ ਆਹ ਹੋ ਕੋਈ ਦਾਗੇ ਵਟ ਛੋੜੋ ਚੋਲਾ ਸਿਵੇ ਦਰਜ਼ੀ ਨਹੀਂ ਬੋਲੇਂਦਾ ਗੋਲੇ ਦੀ ਮਰਜ਼ੀ ਚਿੱਟਾ ਚੋਲਾ ਸਿਵੇ ਦਰਜ਼ੀ ਨਹੀਂ ਬੋਲੇਂਦਾ ਗੋਲੇ ਦੀ ਮਰਜ਼ੀ ਚਿੱਟਾ ਚੋਲਾ ਸਿਵੇ ਦਰਜ਼ੀ ਨਹੀਂ ਬੋਲੇਂਦਾ ਗੋਲੇ ਦੀ ਮਰਜ਼ੀ ਚਿੱਟਾ ਚੋਲਾ ਆਇਆ ਬਾਹਰੋਂ ਰੋਂਦੇ ਆਇਆ ਵੇ ਗੋਲੇ ਦੇ ਸ਼ਾਰੋਂ ਚੋਲਾ ਸਿਵੇ ਦਰਜ਼ੀ ਨਹੀਂ ਬੋਲੇਂਦਾ ਗੋਲੇ ਦੀ ਮਰਜ਼ੀ ਚਿੱਟਾ ਚੋਲਾ ਦਰਜ਼ੀ ਨਹੀਂ ਬੋਲੇਂਦਾ ਗੋਲੇ ਦੀ ਮਰਜ਼ੀ
ਚੋਲਾ ਮੈਂ ਸਾਂਭ ਰੱਖ ਸਾਂ ਕਦੋਂ ਤੱਕ ਢੋਲਾ ਤੇਰੀ ਸਾਂਭ ਰੱਖ ਸਾਂ ਚਿੱਟਾ ਚੋਲਾ ਮੈਂ ਸਾਂਭ ਰੱਖ ਸਾਂ ਕਦੋਂ ਤੱਕ ਢੋਲਾ ਤੇਰੀ ਸਾਂਭ ਰੱਖ ਸਾਂ ਚਿੱਟਾ ਚੋਲਾ ਪਹਿਲੇ ਸ਼ੁਰੂ ਚ ਕਿਸ ਗਾਇਆ ਹੈ ਜੀ ਚਿੱਟਾ ਚੋਲਾ ਕੋਈ ਯਾਦ ਹੈ ਨੀ? ਇਹ ਤੇ ਇੱਥੇ ਆਪਣਾ ਨਈਮ ਹਜ਼ਾਰਵੀ ਸਾਹਿਬ ਨੇ ਸੁਣਾਇਆ, ਨਈਮ ਹਜ਼ਾਰਵੀ ਸਾਹਿਬ ਨੇ ਪਹਿਲੇ ਗਾਇਆ ਹੈ, ਉਹਨੇ ਗਾਇਆ। ਮਾਸ਼ਾਅੱਲਾ ਮਾਸ਼ਾਅੱਲਾ, ਇਹ ਤੇ ਪੁਰਾਣੀ ਗੱਲ ਤੇ ਨਹੀਂ, ਇਹ ਹੋਣੀ ਕੋਈ ਤਕਰੀਬਨ 32 ਸਾਲ ਹੋਏ ਨਾ। ਨਾ ਆ ਛੋੜੀ ਦੋ। ਅੱਛਾ, ਆਪਣਾ ਮਲਿਕ ਸਾਹਿਬ, ਇਹ ਜਿਹੜਾ ਅਸਲ ਦਾ ਲੋਕ ਗੀਤ ਹੈ ਇੱਕ ਚਿੱਟੇ ਚਨੇ ਦੀ ਚਾਨਣੀ, ਜੀ ਜੀ, ਅੱਛਾ ਜੀ, ਮੇਰੇ ਖਿਆਲ ਬੜੀ ਪੁਰਾਣੀ ਸਕਾਫਤ ਸੀ ਨਾ ਇਹ, ਤੇ ਬੜਾ ਪੁਰਾਣਾ, ਪਤਾ ਨੀ ਪਹਿਲੇ ਮਾਸਟਰ ਸਾਹਿਬ, ਮਾਸਟਰ ਜੀ, ਮਾਸਟਰ ਗੁਲਾਮ ਬਖਸ਼ ਸਾਹਿਬ ਨੇ ਗਾਇਆ ਹੈ, ਹੁਸੈਨ ਬਖਸ਼, ਹੁਸੈਨ ਬਖਸ਼ ਖੋਸਰ, ਖੋਸਰ, ਮਾਸ਼ਾਅੱਲਾ, ਉਹਨਾਂ ਨੇ ਗਾਇਆ ਸਾ ਤੇ ਮਜ਼ੇ ਕਿਨ ਕਿਨ ਕੇ ਗਾਵਨ। ਹਾਂਜੀ, ਆ ਤੇ ਅਸਾਂ ਦਾ ਇਹ, ਤੁਸਾਂ ਨੇ ਕਦੇ ਟਰਾਈ ਕੀਤਾ ਇਹ ਆਲਾ ਕਿ ਨਹੀਂ? ਨਹੀਂ ਮਲਕ ਸਾਹਿਬ। ਅੱਛਾ, ਤੁਸਾਂ ਮਹਿਦੀ ਸਾਹਿਬ ਹੀ ਜ਼ਿਆਦਾ? ਜ਼ਿਆਦਾ ਮਹਿਦੀ ਸਾਹਿਬ ਹੋ ਗਿਆ ਆਪਣਾ, ਮੈਡਮ ਹੋ ਗਈ, ਮੈਡਮ ਹੋ ਗਈ, ਮੈਡਮ ਦਾ ਵੀ ਅੱਗੇ ਕੋਈ ਤੁਸਾਂ ਕੋਲ ਸੁਣ। ਅਸਲਾਮ ਅਲੈਕੁਮ। ਵਾਲੇਕੁਮ। ਕੌਣ ਬੋਲਦੇ ਹੋ? ਜ਼ਰਾ ਉਸ ਜ਼ਰਾ ਜਿਹਾ ਉੱਚਾ ਬੋਲ ਸੋ, ਆਵਾਜ਼ ਨਹੀਂ ਆਉਂਦੀ ਜਿਸ ਦੀ। ਦੀਦੀ ਬੋਲ ਰਹੇ ਅਹਿਲਾ ਬੂਟੇ ਤਲੇ ਖਲਤੇ ਦੇ ਬੂਟੇ ਕੋਲ ਹੋਰ ਭਰਾਓ ਨਾ। ਕੈਸੇ ਆ? ਅਸੀਂ ਠੀਕ ਠਾਕ। ਆਪ ਬਹੁਤ ਪਿਆਰੀ ਹੈ। ਅੱਛਾ, ਮੇਰੀ ਤਾਰੀਫ ਕੀਤੀ ਨੇ? ਸੜੋ, ਸੋਹਣੀ ਗੱਲ ਹੈ, ਇਹ ਇਹਨਾਂ ਨਜ਼ਰ ਨਾ ਆਂਦਾ ਸੀ ਨਾ ਆਂਦਾ ਨੇ ਅੱਲਾ ਤਾਈ ਪ੍ਰੋਗਰਾਮ ਦੇਖਦੇ ਦੂਏ ਲਫ਼ਜ਼ਾਂ ਵਿੱਚ ਤੁਸੀਂ ਕਿਹਾ ਦਿਓ ਕਿ ਅੰਨੇ ਸਾਰੇ ਤੁਸਾਂ ਦਾ ਪ੍ਰੋਗਰਾਮ ਦੇਖਦੇ ਨੇ। ਗਾਣਾ ਕਿਹੜਾ ਗਾਣਾ ਸੁਣ ਸੋ? ਅਭੀ ਉਹਨੇ ਮੁਝ ਚਿੱਟਾ ਚੋਲਾ ਵਾਲਾ ਸੁਣਾਇਆ। ਅਭੀ ਇਹਨੋਨੇ ਚਿੱਟਾ ਚੋਲਾ ਸੁਣਾਇਆ ਹੈ? ਹਾਂ ਜੀ। ਕੋਈ ਅੱਛਾ ਸੁਣਾ ਦੇ ਬਿਨਾਂ ਕੁਝ ਹੋ ਗਿਆ। ਚਲ ਆਵਾਜ਼ ਨਹੀਂ ਆਉਂਦੀ ਦੁਬਾਰਾ, ਤੁਹਾਡੀ ਆਵਾਜ਼ ਸਹੀ ਹੈ, ਸੱਤਕ ਨਹੀਂ ਆਉਂਦੀ, ਪਰ ਫਿਰ ਵੀ ਚਲੋ ਸਹੀ ਹੈ, ਸ਼ੁਕਰੀਆ। ਆਪਣਾ ਮੈਡਮ ਦੀ ਕੋਈ ਚੀਜ਼ ਤੁਸੀਂ ਸੁਣਾ ਦਿਓ ਅਸਾਂ। ਅੱਛਾ, ਬ੍ਰੇਕਾਂ ਦਾ ਟਾਈਮ ਹੈ ਜੀ। ਇਹ ਆਪਣਾ ਇਹ ਮਲਕ ਸਾਹਿਬ, ਤੁਸਾਂ ਬ੍ਰੇਕ ਕਦੇ ਕਿਹਦੀ ਜ਼ਿੰਦਗੀ ਚੋਂ? ਖਵਾਤੀਨ ਪ੍ਰੋਗਰਾਮ ਵਾਲੀ ਬ੍ਰੇਕ ਤੇ ਕਿੰਨੇ ਆ, ਕਿਸੇ ਪਾਸੇ ਦਾ ਜੁਲੀਓ ਨਾ ਮੁੜ ਕੇ ਆਨੇ ਆ। ਪਿਆਰ ਕਾ ਨਗਮਾ ਹੈ,
ਪਰ ਇਹ ਨਾ ਗਾਇਓ। ਸ਼ਾਬਾਸ਼ ਹਾਂ ਜੀ, ਜਾਤ ਕੋ ਤੇ ਕੁੜੀਓ ਇੱਕ ਵਾਰੀ ਫਿਰ ਅਸਾਂ ਆ ਰਹੇ ਹਾਂ ਨੇ ਮਾਸ਼ਾਅੱਲਾ, ਤੇ ਮੈਡਮ ਨੂਰ ਜਾਨ ਦੀ ਆਵਾਜ਼ ਵਿੱਚ ਕਿਆ ਬਾਤ ਹੈ, ਉਹਨਾਂ ਨੇ ਜਿਹੜਾ ਗਾਇਆ ਮਲਿਕ ਸਾਹਿਬ, ਕਿਆ ਬਾਤ, ਆਏ ਹਾਏ 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 ਹਾਏ, ਵਗਦੀ ਨਦੀ ਦਾ ਪਾਣੀ ਫਿਰ ਨਹੀਂ ਮੁੜ ਕੇ ਆਉਂਦਾ ਹੈ ਜੀ, ਮਾਸ਼ਾਅੱਲਾ। ਮਲਿਕ ਸਾਹਿਬ ਕੀ ਸੁਣਾ ਸੋ ਹੁਣ ਤੁਸੀਂ ਅਸਾਂ? ਮੈਂ ਅਤਾਉਲਾ ਸਾਹਿਬ ਦਾ ਸੁਣਾ ਸਾਂ, ਦੂਰੋਂ ਦੂਰੋਂ ਸਾਨੂੰ ਤਰਸਾਂਦੇ, ਆਏ ਹਾਏ ਅਸੀਂ ਬੁਲਾਈਏ ਤੇ ਨਹੀਂ ਆਉਂਦੇ, ਆਏ ਹਾਏ ਪਹਿਲੇ ਕਾਲ ਚ ਆ ਕੇ ਨਾ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਮਲਿਕ ਸਾਹਿਬ, ਕੀ ਹਾਲ ਹੈ, ਠੀਕ ਹੋ? ਮੈਂ ਠੀਕ ਹਾਂ। ਮੈਂ ਕਿ ਕੌਣ ਕਾ ਗੱਲ ਕਰਦਾ ਤੇ ਕਿਧਰੋਂ ਪੈ ਕਰਦੇ ਹੋ? ਮੈਂ ਗੱਲ ਕਰਨਾ ਤਾਂ ਜੀ ਸੈਦਪੁਰ ਤੋਂ ਜਵੇਦ। ਅੱਛਾ ਅੱਛਾ ਅੱਛਾ, ਟੈਕਸ ਲੈ ਤੇ ਮਾਸ਼ਾਅੱਲਾ। ਜਵੇਦ ਕੀ ਕੰਮ ਕਰਦੇ ਹੋ? ਮਲਿਕ ਸਾਹਿਬ ਬੜੇ ਅੱਛੇ ਬਾਅਦ ਕਾਲ ਮਿਲੀ ਹੈ ਤੇ ਪ੍ਰੋਗਰਾਮ ਵੀ ਬੜੇ ਅੱਛੇ ਬਾਅਦ। ਅੱਲਾ ਅੱਲਾ ਅੱਲਾ, ਆਪਣਾ ਜਵੇਦ ਆ ਹੁਣ ਤੇ ਆ ਗਏ? ਹਾਂ ਇਹ ਹੁਣ ਹੀ ਮੈਂ ਜ਼ਿਕਰ ਕੀਤਾ, ਵਗਦੀ ਨਦੀ ਦਾ ਪਾਣੀ। ਅੱਛਾ ਇਹ ਹੋ ਜਾ, ਉਹਨਾਂ ਦਾ ਥੋੜ੍ਹਾ ਜਿਹਾ ਯਾਦ ਤਾਜ਼ਾ ਕਰਾਂ। ਅੱਛਾ ਜੀ, ਹੋਰ ਸੁਣਾਓ? ਸ਼ੁਕਰ ਹੈ ਅੱਲਾ ਦਾ। ਤੇ ਮੱਛੀਆਂ ਦੀ ਕੀ ਪੋਜੀਸ਼ਨ ਹੈ? ਮੱਛੀ ਅੱਲਾ ਦਾ ਛੁੱਟੀ ਹੈ। ਅੱਛਾ ਗਰਮੀਆਂ ਨਾ ਜੀ ਕੌਣ ਖਾਵੇ? ਹਾਂ ਹਾਂ ਬਿਲਕੁਲ ਠੀਕ ਹੈ। ਮੱਛੀ ਹੈ ਜੀ, ਚੱਲਣੀ ਤਾਂ ਹੈ ਸਾਡੇ ਕੋਲ, ਨਹੀਂ ਤਾਂ ਹੈ ਲੇਕਿਨ। ਅੱਛਾ ਤੇ ਸੈਦਪੁਰ ਛੋੜ ਦਿੱਤਾ ਨੇ? ਨਹੀਂ ਨਹੀਂ, ਸੈਦਪੁਰ ਹੀ ਹੋਣੇ ਆ, ਤੁਸਾਂ ਨਾਲ ਮੁਲਾਕਾਤ ਕਾਫੀ ਅੱਛੇ ਬਾਅਦ ਹੋਈ ਹੈ। ਹਾਂ ਹਾਂ ਹਾਂ, ਤੇ ਟੰਗਾਂ ਦੀ ਕੀ ਪੋਜੀਸ਼ਨ ਹੈ ਹੁਣ? ਉਹ ਕਿਹਦੀ ਟੰਗ? ਟੰਗ ਤੁਸਾਂ ਦੀ ਥੋੜ੍ਹੀ ਜਿਹੀ ਕੋਈ ਮਸਲਾ ਆ ਨਾ? ਨਹੀਂ ਨਹੀਂ, ਉਹ ਠੀਕ ਹੈ ਹੁਣ। ਹਾਂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ, ਠੀਕ ਹੈ, ਥੋੜ੍ਹਾ ਮਸਲਾ ਰਹਿਣਾ ਲੇਕਿਨ ਹੁਣ ਕਾਫੀ ਬਿਹਤਰ ਹੈ, ਸ਼ੁਕਰ ਹੈ। ਤੇ ਵਗਦੀ ਨਦੀ ਦਾ ਪਾਣੀ ਸੁਣਾਓ ਨਾ। ਉਹ ਮਲਿਕ ਸਾਹਿਬ ਕਿਸੇ ਮਿਗੀ ਵੀ ਬੁਲਾਓ ਤੇ ਪ੍ਰੋਗਰਾਮ ਹੈ ਜੀ। ਹਾਂ ਹਾਂ ਬੁਲਾਸਾਂ, ਕਿਉਂ ਨਾ ਬੁਲਾਸਾਂ, ਮਲਿਕ ਸਾਹਿਬ ਵੀ ਤੁਸਾਂ ਦਾ ਪੁੱਛਦੇ ਹੈ ਪਏ। ਅੱਛਾ ਹਾਂ ਜੀ, ਮਲਿਕ ਸਾਹਿਬ ਦੋ ਤਰੇ ਵਾਰੀ ਆਖਿਆ ਕਿ ਅੱਜ ਮੱਛੀ ਖਾਣੀ ਹੈ। ਠੀਕ ਹੈ ਜੀ, ਕੋਈ ਐਸੀ ਗੱਲ, ਅੱਛਾ ਗਾਲਾ ਮੈਂ ਸੁਣਾ, ਕਾਲ ਕੱਟੀ ਜਿੰਨਾ ਕਿਤੇ ਵੈਸੇ ਸਾਡੇ। ਆਹ ਹੁਣ ਕੋਈ ਸੁਣਾ ਸੋ ਕਿ ਨਹੀਂ? ਸਲਾਹ ਲੱਗੇ ਆ ਜੀ ਬਿਲਕੁਲ। ਹਾਏ 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 ਹਾਏ, ਮਲਿਕ ਸਾਹਿਬ ਸੁਣਿਓ, ਇਹ ਅਸਾਂ ਦੇ ਕਾਲਰ ਨੇ ਜੀ ਜੀ ਜਵੇਦ ਸਾਹਿਬ ਜੀ ਜੀ ਜੀ, ਮਾਸ਼ਾਅੱਲਾ। ਵਗਦੀ ਨਦੀ ਦਾ ਪਾਣੀ ਇੰਜੀ ਜਾ ਕੇ ਮੁੜਨੀਆਂ ਦਾ ਜਾ ਕੇ ਜੀਏ ਜਵਾਨੀ, ਵਗਦੀ ਨਦੀ ਦਾ ਪਾਣੀ ਤੇ ਪਲ ਦੋ ਪਲ ਦਾਣਾ ਮੈਂ ਦੇਣੀਓ ਬੁਲਾਣਾ, ਤੇ ਮੇਰੇ ਦਿਲ ਦੀ ਗੱਲ ਤੇਰੇ ਦਿਲ ਦੀ ਮੈਂ ਜੀ ਜਾਣਾ, ਅੱਖੀਆਂ ਦੀ ਬਾਤੀ ਬੁੱਝ ਲੈ ਕੀ ਆਖੀਏ ਜ਼ੁਬਾਨੀ, ਵਗਦੀ ਨਦੀ ਦਾ ਪਾਣੀ ਇੰਜ ਜਾ ਕੇ ਮੁੜਨੀਆਂ ਦਾ ਜਾ ਕੇ ਜੀਏ ਜਵਾਨੀ, ਵਗਦੀ ਨਦੀ ਦਾ ਪਾਣੀ ਇੰਨਿਆਂ ਮੁਸਾਫਰਾਂ ਨੂੰ ਅੱਜ ਤੱਕ ਮੈਂ ਪਾਰ ਲਾਇਆ, ਅੱਲਾ ਦੀ ਕਸਮੇ ਹਿਜਰੀ ਤੇਰੇ ਜਿਹਾ ਨਹੀਂ ਆਇਆ, ਤੇਰੀ ਹੈਰ ਹੋਏ ਸ਼ਾਲਾ ਦੇ ਜਾ ਕੋਈ ਨਿਸ਼ਾਨੀ, ਵਗਦੀ ਨਦੀ ਦਾ ਪਾਣੀ
ਇੰਜ ਜਾਗੇ ਮੁੜਨੀਆਂ ਦਾ ਜਾਗੇ ਜੀਏ ਜਵਾਨੀ ਵਗਦੀ ਨਦੀ ਦਾ ਪਾਣੀ ਆਏ ਹਾਏ 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 ਯਾਰ ਜ਼ਿੰਦਾ ਤੇ ਸੋਬਤ ਬਾਕੀ ਇਨਸ਼ਾਅੱਲਾ ਮੁਲਾਕਾਤ ਹੋਸੀ ਇਨਸ਼ਾਅੱਲਾ ਖੁਸ਼ ਰੱਖੇ ਜੀਂਦੇ ਰਹੋ ਤੇ ਸਾਰਿਆਂ ਸਲਾਮ ਸਾਰਿਆਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸਾਰੀ ਪੂਰੀ ਟੀਮ ਕੇਡੂ ਵਾਲੇ ਜਿੰਨੇ ਵੀ ਆ ਸਾਰੇ ਮੇਰੇ ਤਰਫੋਂ ਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਸਲਾਮ ਮਲਕ ਸਾਹਿਬ ਆਓ ਜੀ ਆਓ ਤੁਸੀਂ ਤੇ ਬਸੇ ਦਾ ਕੰਮ ਨਹੀਂ ਅਸੀਂ ਬੁਲਾਈਏ ਤੇ ਨਹੀਂ ਆਉਂਦੇ ਹੋ ਅਸੀਂ ਬੁਲਾਈਏ ਤੇ ਨਹੀਂ ਆਉਂਦੇ ਹੋ ਦੂਰੋਂ ਦੂਰੋਂ ਸਾਨੂੰ ਤਰਸਦੇ ਹੋ ਅਸੀਂ ਬੁਲਾਈਏ ਤੇ ਨਹੀਂ ਆਉਂਦੇ ਹੋ ਸਾਨੂੰ ਦੱਸੋ ਜੀ ਕਿਹੜੀ ਕਿਹੜੀ ਗੁੱਸੇ ਗੁੱਸੇ ਰਹਿੰਦੇ ਹੋ
ਵਾਲੇਕੁਮ ਸਲਾਮ ਮੱਖੀ ਕੌਣ ਪੇ ਗੱਲ ਕਰਦੇ ਹੋ ਜੀ? ਭਾਈ ਮੇਰੇ, ਮੈਂ ਆਜ਼ਾਦ ਕਸ਼ਮੀਰ ਬਾਗ ਤੋਂ ਗੱਲ ਕਰ ਰਹੀ ਹਾਂ। ਆਪਣਾ ਨਾਂ ਨਹੀਂ ਦੱਸੀ, ਤੁਸਾਂ ਦਾ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ। ਅੱਛਾ ਜੀ, ਅੱਛਾ ਅੱਛਾ, ਤੁਸਾਂ ਨਾਲ ਬਹੁਤ ਬਹੁਤ ਮਿਹਰਬਾਨੀ ਹੈ। ਆਖਾਂ ਇਸ ਬਾਗ ਵਿੱਚ ਕਸ਼ਮੀਰ ਵਿੱਚ ਇਹਦੇ ਵੀ ਕੋਈ ਪ੍ਰੋਗਰਾਮ ਕਰੋ ਕੋਈ। ਅੱਛਾ, ਚਿਕਾਰ ਗਿਆ, ਸੁਲਮਿਆ ਗਿਆ, ਫਿਰ ਸਾਰੀਆਂ ਜਗ੍ਹਾ ਤੇ ਮੈਂ ਪ੍ਰੋਗਰਾਮ ਕੀਤੇ ਨੇ। ਦਿਲ ਮੇ ਧੜਕੇ ਕਸ਼ਮੀਰ, ਹਾਂਜੀ, ਦਿਲ ਮੇ ਧੜਕੇ ਕਸ਼ਮੀਰ ਤੇ ਫਿਰ ਚਨਾਰਾਂ ਦੀ ਛਾਂ ਤੇ ਤੁਸੀਂ ਫਿਰ ਦੇਖੋ ਨਾ ਆਪਣਾ ਕੇਟੂ ਦੇ ਉੱਤੇ ਅਸਾਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਕੇਟੂ 24 ਘੰਟੇ ਆਪਾਂ ਕੇਟੂ ਦੇਖਨੇ ਆ, ਆਪਣੇ ਪਸੰਦੀਦਾ ਪ੍ਰੋਗਰਾਮ ਕੇਟੂ ਹੈ। ਅੱਛਾ, ਤੇ ਸੁਣਾਓ ਆਪਣਾ ਬਾਗ ਦਾ ਮੌਸਮ ਠੀਕ ਹੈ ਜੀ? ਅੱਲਾਹ ਦਾ ਸ਼ੁਕਰ ਹੈ, ਬਹੁਤ ਅੱਛਾ ਮੌਸਮ ਹੈ ਬਾਗ ਦਾ। ਇਹ ਸਰਦਾਰ ਇਬਰਾਹਿਮ ਸਾਹਿਬ ਹੋਣਾ ਜੀ, ਮਾਸ਼ਾਅੱਲਾ ਉਧਰੇ ਦੀ ਕਾਫੀ ਰਹਿ ਬਾਗ ਵਿੱਚ ਜੀ ਜੀ। ਤੇ ਅੱਜ ਕੱਲ ਆਪਣਾ ਤੁਸਾਂ ਤੇ ਗਰਮੀਆਂ ਹੁੰਦੀਆਂ ਤੇ ਇਸ ਪਾਸੇ ਆ ਜਾਂਦੇ ਹੋ ਨਾ, ਗੰਗਾ ਚੋਟੀ ਜੀ? ਗੰਗਾ ਚੋਟੀ, ਗੰਗਾ ਚੋਟੀ ਗਏ ਹੋ ਕੇ ਨਹੀਂ? ਗਏ, ਸਮਝ ਲੋ। ਗੰਗਾ ਚੋਟੀ ਦੇ ਨਾਲ ਥੱਲੇ ਸੁਲਮਿਆ ਗ੍ਰਾਂ ਹੈ ਜੀ। ਜੀ ਜੀ, ਤੇ ਅਸਾਂ ਤੇ ਸੁਲਮਿਆ ਦੇ ਨੇ ਨਾ ਜੀ। ਅੱਛਾ, ਹਾਂਜੀ, ਇਹ ਬਬਲੀ ਉਧਰ ਹੀ ਪੈਦਾ ਹੋਈ ਹੈ ਆਪਣਾ।
ਜੀ ਚਲੋ ਮੇਰੀ ਤਰਫ ਕੋਟੇ ਵਾਲੇ ਸਾਰੇ ਪ੍ਰੋਗਰਾਮ ਕਰਦੇ ਆ ਮੈਨੂੰ ਸਲਾਮ ਵਾਲੇਕੁਮ ਸਲਾਮ ਵਾਲੇ ਮੁਬਾਰਕ ਖੈਰ ਤੁਸਾਂ ਖੈਰ ਮੁਬਾਰਕ ਖੈਰ ਮੁਬਾਰਕ ਖੈਰ ਮੁਬਾਰਕ ਸਰਦਾਰ ਸਾਹਿਬ ਮੈਂ ਅਗਰ ਤੁਸੀਂ ਆਖਾਂ ਕਿ ਹੁਣ ਰਸ਼ੀਅਨ ਵਿੱਚ ਕੋਈ ਗਾਣਾ ਸੁਣਾਓ ਸੁਣਾ ਸਕਸੋ ਨਹੀਂ ਹੋ ਸਕਣਾ ਮੁਮਕਿਨ ਹੀ ਨਹੀਂ ਅੱਛਾ ਤੁਸੀਂ ਤੇ ਸੁਣਾ ਦਿਓ ਨਾ ਇਸ ਖਬਰੋ ਪਿਆਰ ਦੀ ਗੱਲ ਵੀ ਮੈਂ ਤੇਰੇ ਨਾਲ ਪਿਆਰ ਕਰਨਾ ਹੈ ਜੀ ਤੇ ਜੇ ਕਦੇ ਲੜਾਈ ਦੀ ਗੱਲ ਹੋਵੇ ਆ ਕੇ ਮੈਂ ਯਾਰ ਹੁਣ ਤੇ ਤੂੰ ਮੇਰਾ ਪੁੱਤਰ ਲੱਗ ਗਿਆ ਇਸ ਸਮ ਫਿਰ ਕਿਸ ਤਰ੍ਹਾਂ ਆਖਦੇ ਇਸ ਤੇ ਕੇਵਲ ਤੁਰ ਕਿਸ ਤੇ ਪੁਰਤਾ ਹਾਂਜੀ ਇਹ ਪਤਾ ਨਹੀਂ ਇਸ ਤੱਕ ਇਹ ਮਤਲਬ ਬਣਦਾ ਇਹ ਤੂੰ ਮੇਰਾ ਪੁੱਤਰ ਲੱਗ ਗਿਆ ਨਾ ਇਹ ਉਸ ਇਹ ਹਾਲ ਹੈ ਅੱਛਾ ਬੈਠਕ ਇਸ ਟਾਈਮ ਤੁਸਾਂ ਲਿਵ ਪੈ ਦੇਖਦੇ ਹੋ ਜੀ ਲਾਈਵ ਆਇਸ਼ਾ ਬਾਸ਼ੇ ਐਲ ਓ ਵੀ ਈ ਲਾਈਵ ਤੁਸਾਂ ਐਲ ਆਈ ਵੀ ਈ ਅੱਛਾ 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 ਠੀਕ ਹੈ ਨਾ ਗਲਤੀਆਂ ਤੇ ਜੋ ਕੱਢੀ ਜਾਓ ਯਾਰਾ ਠੀਕ ਹੈ ਅਗਲੇ ਸਮਝ ਆ ਗਈ ਬਰਾਏ ਰਾਸਤ ਪੈ ਦੇਖਦੇ ਹੋ ਲਵ ਤੋਂ ਇਲਾਵਾ ਵੀ ਤੁਸੀਂ ਕੁਝ ਸਿੱਖਿਆ ਸਿੱਖਿਆ ਨਾ ਜ਼ਿੰਦਗੀ ਚ ਮਲਕ ਸਾਹਿਬ ਜੀ ਜੀ ਮੁਹੱਬਤ ਤੇ ਸਿਵਾ ਕੁਝ ਹੈ ਕੁਝ ਵੀ ਨਹੀਂ ਦੇਖੋ ਨਾ ਮੁਹੱਬਤ ਜ਼ਿੰਦਗੀ ਹੈ ਔਰ ਤੂੰ ਮੇਰੀ ਮੁਹੱਬਤ ਹੈ ਮੈਡਮ ਨੇ ਐਵੇਂ ਤੇ ਨਹੀਂ ਗਾਇਆ ਜੀ ਜੀ ਬਿਲਕੁਲ ਨਹੀਂ ਕੋਈ ਉਹਨਾਂ ਨੇ ਦੇਖਿਆ ਸੁਣਿਆ ਜੀ ਜੀ ਪਰ ਨਾ ਹੈ ਕਿ ਕਿਸੇ ਕਿਧਰ ਪਾਸੇ ਰਹੋ ਨਾ ਇੱਕ ਹੀ ਪਾਸੇਦਾਰ ਇੱਕ ਵੀ ਨਹੀਂ ਰਹਿੰਦੀ ਇੱਕ ਪਾਸੇਦਾਰ ਨਾਲ ਦੋਈ ਨਿਕਲ ਜੁਲਦੀ ਹੈ ਬੜਾ ਔਖਾ ਕੰਮ ਹੈ ਇਸ ਵਿੱਚ ਉਹਨਾਂ ਦਾ ਕਸੂਰ ਨਹੀਂ ਕਸੂਰ ਤੂੰ ਸੰਦਾ ਹੈ ਆਪੇ ਮੇ ਕੁਝ ਜੇ ਜੋਰ ਪੈਦਾ ਕਰੋ ਤੁਸਾਂ ਜੇ ਨਤੇਦਾਰ ਜਿਸ ਤੇ ਉਹਨਾਂ ਉਸ ਘਰੇ ਵਿੱਚ ਆਬਾਦ ਨਹੀਂ ਹੁੰਦੇ ਹੋ ਅਸਾਂ ਤੇ ਨਤੇਦਾਰੀ ਤੇ ਸ਼ਰਮਿੰਦਗੀ ਹੁੰਦੀ ਹੈ ਹਾਂ ਸ਼ਰਮਿੰਦਗੀ ਹੁੰਦੀ ਹੈ ਕਿਸ ਤੇ ਨਤੇਦਾਰ ਆ ਨਤੇਦਾਰ ਉਹ ਮਕਿਆਲਾ ਜੇ ਨਤੇਦਾਰਾਂ ਕੋਲ ਮਲਕ ਸਾਹਿਬ ਬਚਾਵੇ ਆਮੀਨ ਮੇਰੀ ਬੇਇੱਜ਼ਤੀ ਹੈ ਜੁਦੀ ਸਰ ਕੁਛ ਲੱਗਦੀ ਰੋਜ਼ ਜੀ ਜੀ ਲੱਗਦੀ ਹੈ ਨਹੀਂ ਅੱਛੀ ਗੱਲ ਹੈ ਵੈਸੇ ਰੌਣਕ ਲੱਗਣੀ ਚਾਹੀਦੀ ਆਵਾ ਜੀ ਰੌਣਕ ਕਿਧਰ ਹੈ ਮੈਂ ਆਖਣਾ ਅੱਲਾ ਮਾਫ ਕਰੇ ਇਹਨਾਂ ਦੀ ਵਜ੍ਹਾ ਤੋਂ ਪਿਛਲੇ 14 ਸਾਲਾਂ ਤੋਂ ਵਿਆਹ ਪਿਆ ਨਹੀਂ ਹੁੰਦਾ ਹਾਂ ਹਰ ਵਾਰੀ ਸਿਆਲੇ ਜੁਲ ਕੇ ਕਾਣੀ ਮੁੱਕ ਚੁਲਤੀ ਇਹ ਤਿਆਰ ਡੋਲੀ ਆਈ ਵਾਪਸ ਪਰੇਸ਼ਾਨ ਅਸਾ ਹੋਣਾ ਚਾਹੀਦਾ ਪਿਛਲੇ 14 ਸਾਲਾਂ ਤੋਂ ਇਹ ਅਸਾ ਦੇ ਘਰੋਂ ਖਾਂਦੇ ਹਾਂ ਅਸਾ ਦੇ ਘਰੋਂ ਖਾਂਦੇ ਛੋੜ ਕਿਸੇ ਦੇ ਘਰੋਂ ਰਜ਼ਕ ਬੰਦਾ ਆਂਦਾ ਨਸੀਬੇ ਦਾ ਖਾ 300 ਰੁਪਿਆ ਕਦੋਂ ਦੇਸਾਂ ਖਬਰਦਾਰ ਅਗਰ ਮੇਰੇ ਮੋਬਾਈਲ ਦਾ ਕਿਸੇ ਨੇ ਚਾਹ ਕੇ ਵੀ ਦੇਖੀ ਅਸੀਂ ਅੱਖ ਚਾਹ ਕੇ ਨਾ ਦੇਖਦੇ ਬਲਕਿ ਅਸੀਂ ਮੋਬਾਈਲ ਚਾਹ ਕੇ ਦੇਖਦੇ ਚਕੋਰੀ ਫਿਲਮ ਦਾ ਗਾਣਾ ਹੈ ਜੀ ਜੀ ਕਬੀ ਤੋ ਤੁਮਕੋ ਯਾਦ ਆਏਗੀ ਇਹ ਬਹਾਰੇ ਇਹ ਸ਼ਮਾ ਇਹ ਜਨਾਬ ਗਾਇਆ ਕਿਸਨੇ ਅਹਿਮਦ ਰੁਸ਼ਦੀ ਸਾਹਿਬ ਨੇ ਯਾਰ ਰੂਨਾ ਲਾਲਾ ਸਾਹਿਬ ਮੈਂ ਨਹੀਂ ਯਾਦ ਆਣਾ ਇਹ ਅਹਿਮਦ ਰੁਸ਼ਦੀ ਸਾਹਿਬ ਹੀ ਮੇਰੇ ਹਲੇ ਗਾਇਆ ਹੈ ਖੈਰ ਉਹ ਪਰ ਹੁਣ ਤੇ ਮੈਂ ਗਾ ਸਨਾ ਲੇਕਿਨ ਨਦੀਮ ਸਾਹਿਬ ਨੇ ਫਿਰ ਬਾਅਦ ਚ ਨਦੀਮ ਬੇਗ ਸਾਹਿਬ ਗਾਇਆ ਆਏ ਹਾਏ 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 ਅੱਜ ਅਸਾਂ ਦਾ ਬਬਲਾ ਗਾਸੀ ਮਾਸ਼ਾਅੱਲਾ ਮਾਸ਼ਾਅੱਲਾ
ਬਬਲੀ ਬਬਲੀ ਗਾਸੀ ਬਬਲੀ ਵੀ ਗਾਇਓ ਲਾ ਇਹ ਆਪਣਾ ਖੋਖਰ ਸਾਹਿਬ ਮਾਸ਼ਾਅੱਲਾ ਅਸਾਂ ਖੋਖਰ ਪਾਰ ਨਾ ਭਿਜਵਾ ਦਈਓ ਥੋੜੀ ਥੋੜੀ ਨਾਲ ਤੁਸੀਂ ਸੈਟਿੰਗ ਰੱਖਣੀ ਜੀ ਬਬਲੀ ਕਭੀ ਤੋ ਤੁਮਕੋ ਯਾਦ ਆਏਗੀ ਵੋ ਬਹਾਰੇ ਵੋ ਸਮਾਂ ਝੁਕੀ ਝੁਕੀ ਬਾਦਲੋਂ ਕੇ ਨੀਚੇ ਕਿਆ ਬਾਤ ਹੈ ਜੀ ਮਾਸ਼ਾਅੱਲਾ ਮਲਕ ਜੀ ਇਤਨੀਆਂ ਸੁਰੀਲੀਆਂ ਕਿਆ ਬਾਤ ਹੈ ਜੀ ਵਾਹ ਕਿਆ ਬਾਤ ਹੈ ਇਹ ਗੱਲ ਕਰਨੀ ਹੈ ਚਾਰ ਪੰਜ ਵਿਆਹ ਵੀ ਪਵਨ ਕੇ ਦੇ ਦਿੱਤਾ ਜੀ ਬਿਲਕੁਲ ਬਿਲਕੁਲ ਪੈਸੇ ਹੀ ਪੈਸੇ ਹੋ ਗਏ ਕੀ ਮਤਲਬ ਹੈ ਤੁਸਾਂ ਦਾ ਆਵਾ ਪੁੱਤਰ ਐਵੇਂ ਤਾਰੀਫ ਕਰਨੇ ਆਪ ਇਹਨਾਂ ਨੂੰ ਸਮਝਿਆ ਨਹੀਂ ਆਪ ਇਹਨਾਂ ਨੂੰ ਕਿਉਂ ਮੈਂ ਕੰਡਿਆਂ ਤੇ ਟੁਰ ਕੇ ਆਏ ਕੰਡਿਆਂ ਆਏ ਹਾਏ 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 ਉਹ ਜਾਵੇ ਜੀ ਅਸੀਂ ਨਹੀਂ ਚਾਹੁੰਦੇ ਹਾਂ ਕਿ ਤੁਸਾਂ ਦੇ ਤੇ ਸਾਡੇ ਦਰਮਿਆਨ ਕੋਈ ਚੀਜ਼ ਮੋਕਲ ਹੋਵੇ ਆਹ ਵਾਹ ਸਾਡੇ ਨਾਲ
ਜ਼ਿੰਦਗੀ ਨੇ ਕੀਤੇ ਅਜਬ ਤਮਾਸ਼ੇ ਪਤਾ ਹੀ ਨਹੀਂ ਚੱਲਿਆ। ਬੜੀ ਮਿਹਰਬਾਨੀ ਮਲਕ, ਐਸਾ ਉਡਾਰੀ ਮਾਰ ਗਿਆ ਕਿ ਪਤਾ ਚੱਲਿਆ ਜੀ ਹੁਣ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਨਹੀਂ ਤੇ ਸਾਰੀ ਰਾਤ ਤੁਸਾਂ ਮੈਂ ਸੁਣਾ। ਮਾਸ਼ਾਅੱਲਾ, ਹਾਏ ਹਾਏ ਹਾਏ, ਕੀ ਬਾਤ ਹੈ ਮਲਕ ਸਾਹਿਬ, ਇਹ ਸਾਡੀਆਂ ਤੁਹਾਡੀਆਂ ਮਿਹਰਬਾਨੀਆਂ ਮਲਕ ਸਾਹਿਬ। ਅੱਲਾ ਖੁਸ਼ ਰੱਖੇ ਨੇ, ਯਾਸਰ ਪਿਆ ਨਹੀਂ ਲੱਭਦਾ, ਮੈਂ ਇਤਨਾ ਉਸਾ ਢੂੰਡਿਆ, ਮੈਂ ਆਖਿਆ ਆ ਤੇਰੇ ਮੈਂ ਗਲੇ ਨਾਲ ਲਾਵਾਂ ਜ਼ਾਲਮਾ, ਕਿਹੜਾ ਹੀਰਾ ਤੂੰ ਮਿਲਾ ਦਿੱਤਾ ਹੈ ਇਤਨੇ ਅਰਸੇ ਬਾਅਦ। ਹਾਏ ਹਾਏ ਹਾਏ, ਅੱਲਾ ਸਲਾਮਤ ਰੱਖੇ ਮਲਕ ਸਿਕੰਦਰ ਯਾਦ ਸਾਹਿਬ ਔਰ ਉਹਨਾਂ ਦੇ ਨਾਲ ਜਨਾਬ ਵਲੀ ਖਾਨ ਸਾਹਿਬ ਤੇ ਉਸਮਾਨ ਖੋਖਰ ਸਾਹਿਬ, ਤੁਸਾਂ ਦਾ ਸ਼ੁਕਰੀਆ, ਬਬਲੀ ਦਾ ਸ਼ੁਕਰੀਆ,
ਆਪਣਾ ਸ਼ਮਲਾਲਾ ਦਾ ਸ਼ੁਕਰੀਆ, ਸ਼ਮਾਇਲਾ ਦਾ ਸ਼ੁਕਰੀਆ, ਸਾਰਿਆਂ ਦਾ ਸ਼ੁਕਰੀਆ, ਤੁਸੀਂ ਦਾ ਵੀ, ਹਾਂ ਮੇਰਾ ਆਪ ਵੀ ਸ਼ੁਕਰੀਆ, ਨਾ ਇੱਕ ਵਾਰੀ ਯਾਸਰ ਦਾ ਸ਼ੁਕਰੀਆ, ਉਸਦੇ ਪੂਰੇ ਖਾਨਦਾਨ ਦਾ ਸ਼ੁਕਰੀਆ ਜੀ, ਤੁਸੀਂ ਦਾ ਵੀ ਸ਼ੁਕਰੀਆ। ਫੀਸ ਭੇਜ ਛੋੜਿਓ, ਹਾਂ ਭੇਜਾਂ ਮੈਂ, ਪ੍ਰੋਗਰਾਮ ਮੁੱਕੇ ਸਹੀ ਖਾਲੀ ਜਨਾਬ। ਜੁਲਦੇ ਜੁਲਦੇ ਅਸਦ ਹੈ ਕੀ ਨਾਰਾ, ਇਸ ਨਾਰੇ ਤੁਸਾਂ ਨੇ ਅਸਦ ਦਾ ਸਾਥ ਦੇਣਾ। ਅੱਜ ਅਸਾਂ ਨਾਲ ਜਨਾਬ ਮਲਿਕ ਸਿਕੰਦਰ ਆਦ ਸਾਹਿਬ ਹੈ, ਅੱਲਾ ਨਾਲ ਸਲਾਮਤ ਰੱਖੇ ਅਤੇ ਇਨਸ਼ਾਅੱਲਾ ਯਾਰ ਜ਼ਿੰਦਾ ਸੋਬਤ। ਬਾਕੀ ਈਦ ਦੇ ਪ੍ਰੋਗਰਾਮਾਂ ਹੁਣ ਤੁਸਾਂ ਈਦ ਦੇ ਦਿਹਾੜੇ ਤੋਂ ਦੇਖਣਾ ਸ਼ੁਰੂ ਕਰੋ, ਕੇਟੂ ਤੋਂ ਇਨਸ਼ਾਅੱਲਾ ਤਾਲਾ ਤੁਸਾਂ ਬੈਠਕ ਵੀ ਮਿਲ ਸੀ, ਮਿਸ਼ੀ ਖਾਨ ਦਾ ਸ਼ੋਅ ਵੀ ਮਿਲ ਸੀ, ਰਿਦਾ ਖਾਨ ਦਾ ਵੀ ਮਿਲ ਸੀ, ਗਿਲਗਿਤ ਬਲਤਿਸਤਾਨ ਦਾ ਵੀ ਸ਼ੋਅ ਮਿਲ ਸੀ, ਅਤੇ ਸਦਾਏ ਚਿਤਰਾਲ ਵੀ ਤੁਸਾਂ ਮਿਲ ਸੀ, ਡੇਡੀ ਵੀ ਮਿਲ ਸੀ, ਤੁਸਾਂ ਸਾਰੇ ਨਵੇਂ ਫਰੈਸ਼ ਪ੍ਰੋਗਰਾਮ ਮਿਲ ਸਨ ਇਨਸ਼ਾਅੱਲਾ, ਡਰਾਮੇ ਵੀ ਮਿਲ ਸਨ, ਅਤੇ ਖੈਬਰ ਟੀ ਵੀ ਦੇ ਉੱਤੇ ਤੁਸਾਂ ਨੇ ਸ਼ਲ ਕਾਲਾ ਬੇਮਿਸਾਲਾ 20ਵੀਂ ਸਾਲਗਿਰਾ 20ਵੀਂ ਐਨੀਵਰਸਰੀ ਲਾਜ਼ਮੀ ਉੱਧਰ ਵੀ ਦੇਖਣੀ ਹੈ। ਜੁਲਦਿਓ ਜੁਲਦਿਓ ਜਨਾਬ, ਪਾਕਿਸਤਾਨ ਜ਼ਿੰਦਾਬਾਦ।